ਵਾਹਿਗੁਰੂ, 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 ਵਾਹਿਗੁਰੂ ਜੀਓ, ਵਾਹਿਗੁਰੂ, 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 ਵਾਹਿਗੁਰੂ ਜੁੜੋ ਜੀਓ ਜੀਓ ਵਾਹਿਗੁਰੂ, 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 ਵਾਹਿਗੁਰੂ ਖੋਲ ਕੇ ਖੋਲ ਕੇ ਬੰਧਨ ਅਨਕਬਾਰ ਹੱਥ ਜੋੜੋ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਨਵਾਓ ਸਿਰ ਨਵਾ ਕੇ ਸਾਰੇ ਪੜ੍ਹੋ ਡੰਡਾਓਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦ ਖੈਰ ਦੀਜੈ ਬੰਦਗੀ ਖੈਰ ਦੀਜੈ ਬੰਦਗੀ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਸੱਚ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਤਰਲੇ ਵਾਂਗੂ ਤਰਲੇ ਵਾਂਗੂ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਭਰ ਕੇ ਅੰਦਰੋਂ
ਹਾਂ ਆਇਆ ਦੂਰੋਂ ਚੱਲ ਕੇ ਹਾਂ ਆਇਆ ਦੂਰੋਂ ਚੱਲ ਕੇ ਹਾਂ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਇੱਕ ਬੜੀ ਪਿਆਰੀ ਬੇਨਤੀ ਕੀਤੀ ਆ ਸੁਚੇਤ ਹੋ ਕਰਨੈਲ ਸਿੰਘ ਦਇਆ ਕਰੋ ਬੋਲੋ ਸੱਚੀ ਮੁੱਚੀ ਅੱਜ ਵੀ ਫਿਰ ਜੂਮ ਦੀ ਕਲਾਸ 'ਚ ਕਿਹਾ ਸੀ ਕਹਿ ਮੈਂ ਵੀ ਦਿੰਦਾ ਸੁਣ ਤੁਸੀਂ ਵੀ ਲੈਂਦੇ ਹੋ ਅਰਦਾਸ ਕਰੋ ਮੇਰੇ 'ਚ ਇੰਨੀ ਪਾਵਰ ਆਵੇ ਜੋ ਮੈਂ ਕਹਿ ਰਿਹਾ ਤੁਹਾਨੂੰ ਮਹਿਸੂਸ ਕਰਾ ਸਕਾਂ ਨਹੀਂ ਬਦਲ ਜੋ ਮੈਂ ਕਹਿ ਰਿਹਾ ਤੁਹਾਨੂੰ ਅਤੇ ਤੁਸੀਂ ਸੱਚੀ ਮੁੱਚੀ ਮੱਛਲੀ ਵਾਂਗੂ ਮੋਏ ਮੱਛਲੀ ਤੁਮ ਨੀਰ ਅਤੇ ਤੁਸੀਂ ਕਹਿ ਸਕੋ ਵੀ ਤੁਝ ਬਿਨ ਕਿਉਂ ਸਰੇ ਪਤਾ ਲੱਗਾ ਜੀ ਮੋਹੇ ਮੱਛਲੀ ਤੁਸੀਂ ਮਹਿਸੂਸ ਕਰੋ ਮੈਂ ਮੱਛੀ ਹਾਂ ਅਤੇ ਰੱਬ ਦਾ ਨਾਮ ਪਾਣੀ ਹੈ ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਿਨਾਂ ਤੜਫ ਤੜਫ ਕੇ ਮਰਦੀ ਆ ਕਿਤੇ ਮੇਰੀ ਪ੍ਰੀਤੀ ਇਸ ਤਰ੍ਹਾਂ ਦੀ ਬਣ ਜਾਏ ਮੈਨੂੰ ਰੱਬ ਬਲ ਬਖਸ਼ੇ ਇੰਨਾ ਬਲ ਦੇ ਦੇ ਮੇਰਾ ਸਤਿਗੁਰੂ ਵੀ ਜਿੰਨੇ ਤੁਸੀਂ ਸੁਣਦੇ ਹੋ ਤੁਹਾਨੂੰ ਉਹ ਗੱਲ ਮਹਿਸੂਸ ਕਰਾ ਸਕਾਂ ਅਜੇ ਮੈਨੂੰ ਸਮਰੱਥਾ ਉਹਨੇ ਬੋਲਣ ਦੀ ਦਿੱਤੀ ਕੇਵਲ ਸੱਚ ਹੈ ਗੁਰੂ ਦੀ ਹਜ਼ੂਰੀ 'ਚ ਆਖੋ ਵਾਹਿਗੁਰੂ ਮਹਿਸੂਸ ਕਰਾ ਦੇਣਾ ਜ਼ਿੰਦਗੀ 'ਚ ਇਨਕਲਾਬ ਲਿਆ ਦੇਣਾ ਹੈ ਜਿੱਦਣ ਸੁਣਿਆ ਗਿਆ ਮਹਿਸੂਸ ਕਿਸੇ ਕਰਾਤਾ ਇਨਕਲਾਬ ਆ ਜਾਓ ਜ਼ਿੰਦਗੀ 'ਚ ਇਨਕਲਾਬ ਆ ਜਾਓ ਦਇਆ ਕਰੋ ਬਸ ਮੈਂ ਇਹ ਬੋਲਿਆ ਸੀ ਆ ਜਾਓ ਅੱਗੇ ਆ ਜਾਓ ਰਵਿੰਦਰ ਆ ਖਾਲੀ ਜਗ੍ਹਾ ਆ ਜਾਓ ਆ ਜਾਓ ਡਰਿਆ ਨਾ ਕਰੋ ਜਿਹਨੂੰ ਮੈਦਾਨ 'ਚ ਆ ਹੀ ਗਈਆਂ ਜੇ ਮਰਦ ਔਰਤ ਦਾ ਫਰਕ ਛੱਡਤਾ ਅਤੇ ਬਿਲਕੁਲ ਸੱਜ ਕੇ ਮੈਦਾਨ 'ਚ ਬੈਠੋ ਆਖੋ ਵਾਹਿਗੁਰੂ ਦਇਆ ਕਰੋ ਬੋਲੋ ਤੇਰਾ ਨਾਮ ਵਖਾਣਾ ਨਹੀਂ ਪਤਾ ਲੱਗਿਆ ਜੀ ਸਾਡੇ 'ਤੇ ਦਇਆ ਕਰ ਤੇਰਾ ਨਾਮ ਕਹਿ ਸਕੀਏ ਦਇਆ ਕਰੋ ਤੇਰਾ ਨਾਮ ਵਖਾਣਾ ਵਖਿਆਣ ਕਰਾਂ ਮੂੰਹ ਦੇ ਵਿੱਚੋਂ ਬੋਲਾਂ ਜਿਸ ਨੂੰ ਤੇਰੀ ਦਇਆ ਬੋਲਿਆ ਕਰੋ ਸਲਾਏ ਸੋਏ ਤੁਧ ਅਰਥ ਬਣ ਗਿਆ ਵੀ ਜੇ ਤੇਰੀ ਦਇਆ ਹੋਵੇ ਉਹ ਹੀ ਤੇਰੀ ਸਿਫਤ ਕਰਦਾ ਹੈ ਪਤਾ ਲੱਗਾ ਵੀ ਪੁੱਤ ਹੋ ਸਕਦਾ ਅਰਕਾਂ ਦੇ ਟਰਮ ਵਿੱਚ ਚੋਟ ਵੱਜ ਜਾਏ ਤੈਨੂੰ ਕਹਿ ਰਿਹਾ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਅਜੀਤ ਸਿੰਘ ਜਿਹੜਾ ਲੰਮਾ ਹੈ ਸਮਝਿਆ ਮੈਂ ਕੀ ਕਿਹਾ ਬਾਬਾ ਅਜੀਤ ਸਿੰਘ ਸਾਹਿਬ ਜਿੱਡਾ ਲੰਬਾ ਹੈ ਜਿੰਨਾ ਅਜੀਤ ਸਿੰਘ ਨਾਲ ਪਿਆਰ ਕਰਦੇ ਸੀ ਉਹਨਾਂ ਤੇਰੇ ਨਾਲ ਕਰਦੇ ਮੇਰਾ ਗੁਰੂ ਐਰਕਾਂ ਦੇ ਟਰਮ ਵਿੱਚ ਤੈਨੂੰ ਗੱਲ ਨਾ ਲਾ ਲੈ ਉਹ ਜੋੜੇ ਸਾਫ ਕਰਨ ਵਾਲੇ ਨੂੰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਬਾਂਹ ਖਿੱਚ ਕੇ ਤੇਰੀ ਅਤੇ ਆਖੇ ਪੁੱਤ ਮੈਂ ਤਾਂ ਤੇਰੇ ਉਗਣ 'ਚ ਤਾਰੇ ਹੀ ਨਹੀਂ ਮੈਂ ਤਾਂ ਤੈਨੂੰ ਘਰੋਂ ਧੱਕਾ ਦਿੱਤਾ ਹੀ ਨਹੀਂ ਆ ਫਿਰ ਗੱਲ ਨਾ ਲੱਗ ਜਾ ਜੈਸਾ ਬਾਲਕ ਪਾਏ ਸਿਪਾਹੀ ਲੱਖ ਅਪਰਾ ਇੱਕ ਨਹੀਂ ਲੱਖ ਅਪਰਾਧ ਕਮਾਵੇ
ਅਤੇ ਗੁਰੂ ਚਪੇੜਾ ਨਹੀਂ ਮਾਰਦਾ, ਕਰ ਉਪਦੇਸ਼ ਮਿੱਠੀਆਂ ਮਿੱਠੀਆਂ ਝਿੜਕਾਂ ਮਾਰ ਕੇ ਬਹੁੜ ਪਿਤਾ ਗਲ ਲਾਵੇ, ਪਿਛਲੇ ਉਗਣ ਬਖਸ਼ ਲੈ, ਪ੍ਰਭ ਅੱਗੇ ਮਾਰਗ ਪਾਵੇ। ਜਿਸਨੂੰ ਤੇਰੀ ਦਇਆ, ਜਿੱਤੇ ਦਇਆ ਹੋ ਗਈ, ਸਲਾਏ ਸੋਏ ਤੁਧ ਪਤਾ ਲੱਗਿਆ, ਉਹੀ ਤੈਨੂੰ ਸਲਾਉਂਦਾ ਜਿੱਤੇ ਤੇਰੀ, ਉਹਦੇ ਮੂੰਹ 'ਚੋਂ ਨਿਕਲਦਾ ਜੇ ਵਾਹਿਗੁਰੂ 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 ਭਰ ਕੇ ਭਰ ਕੇ ਭਰ ਕੇ ਚਾਹ ਚੜ੍ਹੇ। ਜ਼ਿੰਦਗੀ ਦਾ ਸਭ ਤੋਂ ਚੰਗਾ ਕੰਮ ਕਰ ਰਿਹਾ, ਸਤਨਾਮ ਸ੍ਰੀ ਵਾਹਿਗੁਰੂ। ਕਰਮ ਕਰਤੂਤ, ਕਰਮ ਇਹ ਜੋ ਅਸੀਂ ਕਰ ਰਹੇ ਸਾਂ ਇਹ ਚੰਗੀ ਕਰਤੂਤ ਵਿੱਚ ਕੀਤਾ ਹੋਇਆ ਕਰਮ ਸੀ, ਮਗਰ ਇੱਥੇ ਲਿਖਿਆ ਕਰਮ ਕਰਤੂਤ ਕੇ ਉੱਪਰ ਕਰਮ ਫੜੋਗੇ ਨਹੀਂ, ਕਰਮ ਕਰਮ ਕਰਤੂ ਹਾਂ ਸ਼ਾਬਾਸ਼, ਜਿੰਦਾ ਰਹੋ ਜਿੰਦਾ ਰਹੋ, ਮਹਾਰਾਜ ਚੜ੍ਹਦੀ ਕਲਾ ਬਖਸ਼ਦੇ। ਅਸੀਂ ਕਰਮ ਕੀਤਾ ਹੈ, ਇਹ ਕਰਮ ਦੇ ਉੱਤੇ ਕਿਹਾ ਜਿਹੜਾ ਸ਼ਬਦ ਉਹ ਵੀ ਕਰਮੀਆਂ ਲਿਖਦਾ, ਉਹਨੂੰ ਕਰਮ ਬੋਲੀਦਾ, ਮਗਰ ਉਹਦਾ ਮਤਲਬ ਹੈ ਮੇਹਰ। ਤੁਸੀਂ ਕਰਤੂਤ ਕਰਮ ਕੀਤਾ ਅਤੇ ਉਹਦੇ ਉੱਤੇ ਆ ਉਹਦੀ, ਬਹੁਤ ਸਾਰੇ ਲੋਕ ਨੇ ਜਿਹੜੇ ਕਰਮ ਕਰਦੇ ਰਹਿ ਜਾਂਦੇ ਆ ਮਗਰ ਮੇਹਰ ਨਹੀਂ ਹੁੰਦੀ, ਮੇਹਰ ਨਹੀਂ ਹੁੰਦੀ। ਮਹਾਰਾਜ ਪਾਤਸ਼ਾਹ ਕਹਿੰਦੇ ਕਰਮ ਕਰਤੂਤ ਕੇ ਉੱਪਰ ਕਰਮ ਮੰਗਿਆ ਕਰੋ, ਮੰਗਿਆ ਕਰੋ, ਆਪਣੀ ਮਿਹਰ ਕਰ, ਆਪਣੀ ਫਿਰ ਬੋਲਿਆ ਕਰੋ। ਸੱਚੀ ਮੁੱਚੀ ਜ਼ਿੰਦਗੀ ਬੜੀ ਤੇਜ਼ੀ ਨਾਲ ਲੰਘ ਰਹੀ, ਫੜਿਓ, ਤੁਸੀਂ ਸਦਾ ਇਸ ਤਰ੍ਹਾਂ ਦੇ ਨਹੀਂ ਰਹਿਣਾ, ਅਸੀਂ ਵੀ ਕਦੀ ਤੁਹਾਡੀ ਉਮਰ 'ਚ ਸਾਂ। ਨੋਟ ਕਰੋ, ਇੱਕ ਇੱਕ ਪਲ ਨੂੰ ਵਾਚੋ, ਵਾਚੋ ਮੀਨ ਵੇਖੋ, ਬਹਿਤੀ ਜਾਤ, ਇਹਦਾ ਅਰਥ ਤਾਂ ਨਹੀਂ ਪਤਾ ਹੋਣਾ, ਬਹਿਤੀ ਜਾਤ, ਜ਼ਿੰਦਗੀ ਦੀ ਨਦੀ ਵਹਿ ਰਹੀ ਹੈ, ਕਿੰਨਾ ਅੱਗੇ ਪਾਣੀ ਚਲੇ ਗਿਆ, ਜਿਹੜਾ ਹੁਣ ਇੱਥੇ ਸੀ ਘੜੀ ਕਿ ਨੂੰ ਕਿਤੇ ਦਾ ਕਿਤੇ ਚਲੇ ਗਿਆ। ਬਹਿਤੀ ਜਾਤ, ਸਾਰੇ ਬੋਲੋ ਕਿ ਉਮਰ ਦੀ ਨਦੀ ਕਦੇ ਤਿਰਤ ਨਾ ਡਰ, ਕਦੇ ਦ੍ਰਿਸ਼ਟ ਨਾ ਧਾਰਤ, ਤੁਹਾਨੂੰ ਤਾਂ ਬਾਣੀ ਆਉਂਦੀ, ਕਦੇ ਕਦੀ ਵੇਖਿਆ ਹੀ, ਕਦੀ ਵੇਖਿਆ ਹੀ ਲੰਘ ਰਹੀ। ਤੂੰ ਆਪਣੇ ਵਾਲ ਕਾਲੇ ਕਰਕੇ ਆਪਣੇ ਆਪ ਨੂੰ ਕਹਿੰਦਾ ਮੈਨੂੰ ਕੁਛ ਨਹੀਂ ਹੋਇਆ, ਤੂੰ ਆਪਣਾ ਦਾੜਾ ਕਾਲਾ ਕਰਕੇ ਕਹਿੰਦਾ ਮੈਨੂੰ ਕੁਛ ਨਹੀਂ ਹੋਇਆ, ਮੇਰੀ ਕਿਹੜੀ ਲੰਘ ਗਈ ਅਜੇ ਬੱਚਾ ਹੀ ਤਾਂ ਹਾਂ।
ਮਗਰ ਤੇਰੇ ਅੰਦਰ ਇੱਕ ਐਸਾ ਛੁਪਿਆ ਬੈਠਾ ਜਿਹੜਾ ਤੈਨੂੰ ਕਹਿੰਦਾ ਜਿੰਨਾ ਮਰਜ਼ੀ ਲੁਕਾਲਾ ਲੰਘ ਤੇ ਰਹੀ। ਪਤਾ ਲੱਗਾ ਵੀ ਚੈਨਲ ਵਾਲੇ ਜਿੰਨਾ ਮਰਜ਼ੀ ਲੁਕਾਲਾ, ਤੈਨੂੰ ਕਹਿ ਰਿਹਾ ਉਹ ਜਿਹੜਾ ਕਹਿੰਦਾ ਯੂਟਿਊਬ ਦਾ ਚੈਨਲ ਆ ਮੇਰਾ, ਜਿੰਨੀ ਮਰਜ਼ੀ ਲੁਕਾਲਾ, ਤੈਨੂੰ ਤਾਂ ਪਤਾ ਹੈ ਨਾ ਵੀ ਮੈਂ ਦਾੜੇ ਨੂੰ ਕਾਲਾ ਕੀਤਾ ਅਤੇ ਮੈਂ ਆਪਣੇ ਆਪ ਨੂੰ ਧੋਖਾ ਦੇ ਰਿਹਾ। ਹਰ ਇਨਸਾਨ ਨੂੰ, ਧੀ ਨੂੰ, ਪੁੱਤ ਨੂੰ, ਜਿਹਨੇ ਵਾਲ ਕਾਲੇ ਕੀਤੇ ਨੇ, ਰੰਗੇ ਨੇ, ਉਹਨੂੰ ਵੀ ਪਤਾ ਹੈ ਵੀ ਜੋ ਮੈਂ ਦਿਸ ਰਹੀ ਹਾਂ ਉਹ ਮੈਂ ਹੈ ਨਹੀਂ। ਸਾਹਿਬ ਕਹਿੰਦੇ ਤੂੰ ਆਪਣੇ ਆਪ ਨੂੰ ਇਸ ਗੱਲ ਤੋਂ, ਸੁਰਤ ਨੂੰ ਪਰੇ ਖੰਡ ਨੂੰ ਵਾਲ ਕਾਲੇ ਕੀਤੇ ਵੀ ਮੈਂ ਵੇਖਾਂ ਹੀ ਨਾ ਵੀ ਮੇਰੀ ਉਮਰ ਲੰਘਦੀ ਜਾ ਰਹੀ, ਜਾਂ ਕੋਈ ਕਵੇ ਲੰਘ ਗਈ। ਆਖੋ ਵਾਹਿਗੁਰੂ। ਤੂੰ ਕਦੀ ਬਾਬੇ ਫਰੀਦ ਨੂੰ ਨਹੀਂ ਸੁਣਿਆ? ਬੁੱਢਾ ਹੋਇਆ ਸ਼ੇਖ ਫਰੀਦ, ਬੋਲੋ, ਅਤੇ ਕੰਬਣ ਲੱਗੀ ਜੇ 100 ਵਰ੍ਹਿਆਂ ਜੀਵਣਾ ਭੀ ਤਨ ਹੋ ਸਿੱਖੇ। ਤੂੰ ਸੁਣਿਆ ਹੀ ਨਹੀਂ, ਰੰਗ ਮਾਣ ਲੈ ਪਿਆਰਿਆਂ ਵਾਲੇ ਸ਼ਬਦ ਨੂੰ ਤੂੰ ਸੁਣਿਆ ਹੀ ਨਹੀਂ। ਉੱਚੀ ਬੋਲਿਆ ਕਰੋ ਸਾਰੇ। ਜਦੋਂ ਮੇਰਾ ਗੁਰੂ ਕਹਿੰਦਾ ਸੀ ਰੰਗ ਮਾਣ ਲਾ, ਅਤੇ ਤੂੰ ਰੰਗ ਤਮਾਸ਼ੇ ਸਮਝ ਲਿਆ ਕਲੱਬਾਂ ਨੂੰ? ਇਸ ਤਰ੍ਹਾਂ ਹੀ ਹੈ ਜੀ, ਵਿਆਹਾਂ ਦੇ ਵਿੱਚ ਭੰਗੜੇ ਪਾਉਣੇ, ਨੱਚਣਾ ਟੱਪਣਾ, ਬੋਲੀਆਂ ਪਾਉਣੀਆਂ, ਰੰਗ ਮਾਣਨੇ, ਇਹ ਤੂੰ ਇਹਨੂੰ ਰੰਗ ਸਮਝ ਲਿਆ। ਮੇਰਾ ਗੁਰੂ ਕਹਿੰਦਾ ਜਿੰਨਾ ਚਿਰ ਤੇਰਾ ਜੁਬਨ ਆ, ਜਿੰਨਾ ਤੇਰਾ ਚਿਹਰਾ ਚੌਂਕੜਾ ਇਸ ਤਰ੍ਹਾਂ ਵੱਜ ਜਾਂਦਾ, ਰੀੜ੍ਹ ਦੀ ਹੱਡੀ ਸਿੱਧੀ ਹੋ ਜਾਂਦੀ, ਉਹਨਾਂ ਚਿਰ ਪਰਮੇਸ਼ੁਰ ਦੇ ਪ੍ਰੇਮ ਨੂੰ ਮਾਣ ਲਾ। ਰੰਗ ਬਣੇ ਪ੍ਰੇਮ ਹੁੰਦਾ ਹੈ, ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਿਹੋਲਾ, ਨਿਹੋਲਾ ਬਣੇ ਨਵਾਂ, ਜਿੰਨਾ ਚਿਰ ਤੇਰੀ ਜਵਾਨੀ ਨਵੀਂ ਨਕੋਰ ਆ ਉਹਨਾਂ ਚਿਰ ਮਾਰ ਲਾ ਚੌਂਕੜੇ। ਵਾਹਿਗੁਰੂ 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 ਵਾਹਿ ਵਾਹਿਗੁਰੂ 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 ਜਿੰਦੇ ਰਹੋ। ਵਾਹਿਗੁਰੂ 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 ਧੁਨੀ ਤੱਕ ਜਾਣ ਦਿਓ ਗੁਰੂ ਨੂੰ। ਜੁੜ ਕੇ ਵੀ ਜੁੜ ਕੇ ਇੱਕੋ ਜਿਹੀ ਆਵਾਜ਼ ਆਵੇ। ਵਾਹਿਗੁਰੂ 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 ਵਾਹ ਆਖੋ ਸਤਨਾਮ ਸ੍ਰੀ। ਬਹਿਤੀ ਜਾਤ ਰੰਗ ਮਾਣ ਲੈ ਪਿਆਰਿਆ। ਪਤਾ ਲੱਗਾ ਕਿਹੜੇ ਰੰਗ ਜਿਹੜੇ ਰਾਤੀ ਵਿਖਾਉਂਦਾ ਸੀ ਉਹ ਨਾਮ ਦਾ, ਜਾਂ ਜੋਬਨ ਨਿਹੋਲਾ, ਨਿਹੋਲਾ ਮਣੇ ਜਿੰਨਾ ਚਿਰ ਜਵਾਨੀ ਨਵੀਂ ਹੈ। ਇਹਦੇ ਨਾਲ ਇੱਧਰਲੇ ਪਾਸੇ ਮਾਣ ਲਾ, ਦਿਨ ਥੋੜ੍ਹੇ, ਇਤਨਾ ਲਿਖਿਆ ਜੇ, ਪੜ੍ਹੋ ਪੜ੍ਹੋ ਸਾਰੇ, ਦਿਨ ਥੋੜ੍ਹੇ ਦਿਨਾਂ ਦੀ ਕਹਾਣੀ ਆ,
ਇਹ ਜਵਾਨੀ ਥੱਕੇ ਪਿਆ ਪੁਰਾਣਾ ਚੋਲਾ, ਇਹ ਜਿਸ ਸਰੀਰ ਦਾ ਚੋਲਾ ਥੱਕ ਜਾਣਾ ਹੈ। ਜਿਸ ਤਰ੍ਹਾਂ ਮੇਰੇ ਮੂੰਹ 'ਤੇ ਚੁੱਡੀਆਂ ਦਿਸ ਰਹੀਆਂ, ਤੁਹਾਡਿਆਂ 'ਤੇ ਵੀ ਦਿਸਣੀਆਂ ਨੇ ਨੌਜਵਾਨੋ। ਗੁਰਬਾਣੀ ਨੇ ਕਿਹਾ ਹੈ ਵੀ ਇਸ ਤਰ੍ਹਾਂ ਹੋਣਾ ਹੈ, ਦਿਨ ਥੋੜ੍ਹੇ ਥੱਕੇ ਪਿਆ ਉੱਤੇ ਆ ਗਿਆ ਨਾ ਪਿਆ, ਇਹ ਚੋਲਾ ਪੁਰਾਣਾ ਹੋ ਜਾਣਾ ਹੈ। ਜਿੰਨਾ ਚਿਰ ਨਵਾਂ ਹੈ ਜਾਂ ਜੋਬਨ ਨੇ ਹੋਲਾ, ਜਿੰਨਾ ਚਿਰ ਜਵਾਨੀ ਨਵੀਂ ਆ, ਚੌਂਕੜੇ ਵੱਜਦੇ ਨੇ ਪਿਆਰਿਆ, ਰੰਗ ਮਾਣ ਲਾ, ਵਾਹਿਗੁਰੂ 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 ਜੀਓ ਜੀਓ ਜੀਓ। ਜੁੜ ਕੇ ਜੁੜ ਕੇ ਵਾਹਿਗੁਰੂ 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 ਵਾਹਿ ਸਤਨਾਮ ਸ੍ਰੀ ਵਾਹਿਗੁਰੂ। ਇੱਕ ਬੜਾ ਪਿਆਰਾ ਬਚਨ ਆ, ਜਦੋਂ ਚੋਲਾ ਪੁਰਾਣਾ ਹੋ ਗਿਆ, ਜਦੋਂ ਚੋਲਾ ਕਿਹੜਾ ਚੋਲਾ ਭਲਾ, ਸਰੀਰ, ਨੈਣੋ ਨੀਰ ਬਹੇ ਨਾ ਅੱਗੇ ਕਿਉਂ ਭੱਜਦੇ ਹੋ, ਪਹਿਲਾਂ ਉਹ ਪਾਰਟ 'ਤੇ ਵੇਖ ਲਓ ਜਿਹੜਾ ਸਮਝਾ ਰਿਹਾ ਹੈ ਮੇਰਾ ਸਤਿਗੁਰੂ। ਅੱਖਾਂ 'ਚੋਂ ਹੋ ਜਾਣਾ ਸ਼ੁਰੂ, ਦੋ ਚਾਰ ਪੰਜ ਸਾਲ ਦੀ ਹੋਰ ਕਹਾਣੀ। ਗੁਰੂ ਕਿਰਪਾ ਕਰੇ ਤੁਹਾਨੂੰ ਅਰੋਗ ਰੱਖੇ, ਮੇਰੀ ਹੱਥ ਜੁੜ ਕੇ ਬੇਨਤੀ, ਅਕਲਗੀਆਂ ਵਾਲਿਆ ਪਾਤਸ਼ਾਹ। ਸਿੱਖ ਦਾ ਸਰੀਰ 'ਤੇ ਐਂ ਹਰਿਆ ਭਰਿਆ ਕੱਚੀ ਗਿਰੀ ਵਰਗਾ ਹੀ ਆਵੇ ਤੇਰੇ ਕੋਲ, ਇਹ ਤੁਰਿਆ ਫਿਰਦਾ ਹੀ ਆਵੇ ਤੇਰੇ ਕੋਲ, ਹਸਤ ਖੇਲਤ ਤੇਰੇ ਦੇਹ ਰਿਹਾ, ਹੱਸਦਾ ਖੇਡਦਾ ਹੀ ਆਵਾਂ, ਰੋਗੀ ਹੋ ਕੇ ਨਾ ਆਵਾਂ, ਆਖੋ ਵਾਹਿਗੁਰੂ। ਮਗਰ ਬਾਣੀ 'ਚ ਲਿਖਿਆ ਵੀ ਨੈਣੋ ਨੀਰ ਬਹੇ ਇੱਕ ਦਿਨ ਤੇਰੀ ਅਤੇ ਮੇਰੀ ਕਹਾਣੀ ਹੈ ਬਣਨੀ, ਅੱਖਾਂ ਦੇ ਵਿੱਚੋਂ ਪਾਣੀ ਵਗਣਾ ਹੈ, ਵਗਣਾ ਹੈ, ਤਿਆਰ ਰਹੋ। ਪੈ ਕੇਸ਼ ਦੁੱਧ ਬਾਨੀ, ਪੈ ਕੇਸ ਚਿੱਟੇ ਦੁੱਧ ਵਰਗੇ ਹੋ ਜਾਣੇ ਨੇ, ਇਹ ਵੀ ਘੜੀ ਆਉਣੀ ਤੇਰੀ ਜ਼ਿੰਦਗੀ 'ਤੇ। ਰੁੱਧਾ ਕੰਠ, ਇਹ ਤੇਰਾ ਜਿਹੜਾ ਗਲਾ ਹੈ ਨਾ, ਬਲਗਮ ਨਾਲ ਫੜਿਆ ਜਾਣਾ ਹੈ, ਤੂੰ ਵਾਹਿਗੁਰੂ ਕਹਿਣ ਪੈਣਾ ਹੈ ਅਤੇ ਤੇਰੀ ਖੰਘ ਸ਼ੁਰੂ ਹੋ ਜਾਣੀ। ਜਿਹੜਾ ਦੁੱਧ ਬੱਚੇ ਪੀਂਦੇ ਨੇ, ਸੁਣੋ ਭੈਣੋ, ਜਿਹੜਾ ਦੁੱਧ ਬੱਚੇ ਪੀਂਦੇ ਅਤੇ ਖੂਨ ਪ੍ਰੋਡਕਟ ਹੁੰਦਾ, ਤੂੰ ਦੁੱਧ ਅਤੇ ਘਿਓ ਖਾਵੇਂਗਾ ਅਤੇ ਮਵਾਤ ਪੈਦਾ ਹੋਣੀ, ਇਹਨਾਂ ਸਰੀਰ ਵਿੱਚ ਚੇਂਜ ਆ ਜਾਣਾ ਹੈ। ਤੂੰ ਦੁੱਧ ਪੀਵੇਂਗਾ ਤਾਂ ਕੀ ਮਵਾਤ ਬਲਗਮ ਤੇਰੇ ਅੰਦਰ ਬਣਨੀ, ਤੇਰੇ ਅੰਦਰ ਖੂਨ ਨਹੀਂ ਬਣਨਾ। ਪ੍ਰਪੇਅਰ ਰਹੋ, ਰੈਡੀ ਰਹੋ ਇਸ ਘੜੀ ਲਈ, ਆਖੋ ਵਾਹਿਗੁਰੂ। ਹੁਣ ਹੁਣ ਜਪ ਲਾ ਜਾਂ ਜੋਬਨ ਨਿਹਲਾ, ਜਿੰਨਾ ਚਿਰ ਨਵੀਂ ਜਵਾਨੀ ਹੈ ਨਾ, ਉਹਨਾਂ ਚਿਰ ਜਿਤਨਾ ਤੇਰਾ ਜੀ ਕਰਦਾ ਨਵੇਂ ਘਰ 'ਚ ਰਹਿਣ ਨੂੰ, ਨਵੇਂ ਨਵੇਂ ਕੰਮ ਕਰਨ ਨੂੰ, ਇੱਧਰ ਨੂੰ ਲਾ ਦੇ ਸਾਰੀ ਜਿੰਨੀ ਐਨਰਜੀ ਤੇਰੀ ਰੱਬ ਦੇ ਨਾਮ ਉੱਤੇ ਲਾ ਦੇ। ਸੁਣ ਲਾ ਧੀਓ, ਸੁਣੋ ਬੱਚੀਓ, ਸੁਣੋ
ਗੁਰਸਿੱਖੋ ਸੁਣੋ, ਇੱਕ ਦਿਨ ਐਸਾ ਆਉਣਾ ਨੈਣੋ ਨੀਰ ਬਹੇ ਤਨ ਖੀਨਾ ਪੈ ਕੇਸ਼ ਦੁੱਧ ਵਾਨੀ ਰੂਦਾ ਕੰਠ ਗਲਾ ਫੜਿਆ ਜਾਣਾ ਹੈ। ਕਾਹਦੇ ਨਾਲ ਦੱਸਿਆ? ਸ਼ਬਦ ਨਹੀਂ ਉਚਰੇ ਮੂੰਹ ਦੇ ਵਿੱਚੋਂ, ਸ਼ਬਦ ਨਹੀਂ ਉਚਾਰਨ ਹੋਣਾ। ਅਤੇ ਪਤਾ ਉਦੋਂ ਕੀ ਲਿਖਿਆ ਫਿਰ? ਅਬ ਕਿਆ ਕਰੇ ਪ੍ਰਾਣੀ, ਜਦੋਂ ਇਹ ਘੜੀ ਆਏਗੀ ਫਿਰ ਕੀ ਕਰੇਗਾ? ਰਿਵਰਸ ਤਾਂ ਹੋਣਾ ਨਹੀਂ, ਨਹੀਂ ਪਤਾ ਲੱਗਾ ਜੀ? ਇੱਕ ਬੰਦਾ ਗੱਡੀ ਲੈ ਕੇ ਕਿਤੇ ਚਲੇ ਗਿਆ 10 ਮੀਲ, ਉਹਨੂੰ ਪਤਾ ਲੱਗਾ ਮੈਂ ਗਲਤ ਆ ਗਿਆ, ਉਹ ਬੈਕ ਆ ਸਕਦਾ ਹੈ? ਇਹ ਗੱਡੀ ਸਰੀਰ ਆ ਜਿਹੜੀ ਬਾਹਰਲੀ ਤੁਹਾਡੀ ਗੱਡੀ, ਇਹ ਬੈਕ ਆ ਸਕਦੀ? ਮਗਰ ਆਹ ਜਿਹੜੀਆਂ ਘੜੀਆਂ ਲੰਘੀਆਂ ਇਹਨਾਂ ਰਿਵਰਸ ਨਹੀਂ ਹੋਣਾ। ਤੂੰ ਚਾਹਵੇਂ ਵੀ ਮੈਂ ਬਜ਼ੁਰਗ ਤੋਂ ਜਵਾਨ ਹੋ ਜਾਵਾਂ, ਆਪਣੇ ਆਪ ਨੂੰ ਧੋਖਾ ਦੇ ਸਕਦਾ ਹੈ, ਮਗਰ ਹੋਇਆ ਨਹੀਂ ਜਾਣਾ। ਅਬ ਕਿਆ ਕਰੇ? ਫਿਰ ਅਰਦਾਸ ਕਰ ਰਾਮ ਰਾਏ, ਜੇ ਇਹੋ ਜਿਹੀ ਅਵਸਥਾ ਆ ਗਈ, ਰਾਮ ਰਾਏ ਬੋਲੋ, ਰਾਮ ਰਾਜਾ ਜੀ, ਰਾਏ ਦਾ ਮਤਲਬ ਰਾਜਾ ਹੁੰਦਾ, ਹੇ ਮੇਰੇ ਰਾਮ ਰਾਜਾ ਵਾਹਿਗੁਰੂ ਜੀ, ਇਸ ਤਰ੍ਹਾਂ ਕਰ ਹੁਣ, ਹੋਰ ਤਾਂ ਵੈਦ ਕੋਈ ਇਹਦਾ ਭਲਾ ਨਹੀਂ ਕਰ ਸਕਦਾ, ਹੋਏ ਵੈਦ ਬਨਵਾਰੀ। ਜਿਨ੍ਹਾਂ ਨੂੰ ਬਾਣੀ ਆਉਂਦੀ ਉਹਨਾਂ ਨੂੰ ਹੋਰ ਆਨੰਦ ਆਉਣਾ, ਜਿਨ੍ਹਾਂ ਨੂੰ ਨਹੀਂ ਆਉਂਦੀ ਕੋਸ਼ਿਸ਼ ਕਰੋ ਬਾਣੀ ਕੰਠ ਕਰੋ। ਕੀ ਆਖਿਆ? ਬੜਾ ਕੁਝ ਕੰਠ ਕਰੀ ਫਿਰਦੇ ਜੇ, ਗੰਠ ਅਤੇ ਕੰਠ, ਗੰਠ ਅਤੇ ਕੰਠ, ਗੰਠ ਕੁਝ ਹੋਰ ਹੀ ਕਰ ਲਿਆ, ਕੰਠ ਕੁਝ ਹੋਰ ਹੀ ਕਰ ਲਿਆ। ਬਾਣੀ ਨੂੰ ਕੰਠ ਕਰੋ ਮੇਰੀਆਂ ਬੱਚੀਆਂ। ਰਾਮ ਰਾਏ ਹੋਏ ਵੈਦ ਬਨਵਾਰੀ, ਅਤੇ ਹੱਥ ਜੋੜਿਓ ਆਪਣੇ ਸੰਤਾਂ ਲਿਓ ਉਭਾਰੀ। ਸੰਤ ਮਣੇ ਸਿੱਖ, ਸੰਤ ਮਣੇ ਅਸੀਂ ਤੇਰੇ ਸਿੱਖ ਹਾਂ, ਅਤੇ ਸਾਨੂੰ ਤੁਸੀਂ ਬਚਾ ਲਿਓ ਇਸ ਘੜੀ ਤੋਂ। ਨੈਣੋ ਨੀਰ ਬਏ ਪੈ ਕੇਸ਼ ਰੂਦਾ ਕੰਠ, ਅਬ ਕਿਆ ਕਰੇ ਪ੍ਰਾਣੀ, ਇਸ ਘੜੀ ਤੋਂ ਪਹਿਲੋਂ। ਰਾਮ ਰਾਏ ਹੋਏ ਵੈਦ ਬਨਵਾਰੀ, ਹੇ ਵਾਹਿਗੁਰੂ ਜੀ ਤੁਸੀਂ ਵੈਦ ਬਣ ਕੇ ਆਪਣੇ ਸੰਤਾਂ ਲਿਓ ਵਾਰੀ, ਮਾਣੇ ਬਚਾ ਲਿਓ ਆਪਣੇ ਗੁਰਸਿੱਖਾਂ ਨੂੰ ਤੁਸੀਂ ਬਚਾ ਲਿਓ। ਇਹਨਾਂ ਨੂੰ ਮੈਂ ਬਚਨ ਦੱਸਦਾ, 103 ਸਾਲ ਦਾ ਬਜ਼ੁਰਗ, ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ। 103 ਸਾਲ ਦੇ ਬਜ਼ੁਰਗ ਨੂੰ ਡਾਕਟਰ ਕੋਲ ਲੈ ਗਏ ਅਸੀਂ, ਵੈਸੇ ਹੀ ਵੀ ਤੁਹਾਨੂੰ ਚੈੱਕ ਕਰਾ ਦਈਏ। ਡਾਕਟਰ ਵੇਖ ਕੇ ਕੰਨਾਂ ਨੂੰ ਹੱਥ ਲਾ ਕੇ ਕਹਿੰਦਾ, ਯਾ ਖੁਦਾ, ਇਹੋ ਜਿਹੇ ਵੀ ਬੰਦੇ ਹੁੰਦੇ? 103 ਸਾਲ ਦੇ ਬੱਚੇ ਦੀ, ਬਜ਼ੁਰਗ ਦੀ ਧੜਕਣ ਬੱਚਿਆਂ ਵਰਗੀ, ਸ਼ੂਗਰ ਬੱਚਿਆਂ ਵਰਗੀ, ਕਿਡਨੀਆਂ ਬੱਚਿਆਂ ਵਰਗੀਆਂ, ਸਾਰੀ ਰਿਪੋਰਟ ਉਹਦੀ ਵੇਖ ਕੇ, ਅਤੇ ਕਹਿੰਦਾ ਸੀ, ਯਾ ਖੁਦਾ, 103 ਸਾਲ ਦੇ ਬੰਦੇ ਨੂੰ ਕੋਈ ਬਿਮਾਰੀ ਨਹੀਂ ਲੱਗੀ? ਨਹੀਂ ਲੱਗਦੀ, ਜੇ ਸਾਰੀਆਂ ਬਿਮਾਰੀਆਂ ਦੀ ਇੱਕੋ ਹੀ ਤਾਂ ਦਵਾਈ, ਇੱਕ ਹੀ ਤਾਂ ਕੈਪਸੂਲ ਆ। ਆਖੋ ਵਾਹਿਗੁਰੂ, ਤੁਹਾਨੂੰ ਜਿੰਨਾ ਮਰਜ਼ੀ ਦਵਾਈਆਂ ਦਿੰਦਾ, ਕਹਿੰਦਾ ਇਹ ਕੰਨ ਪੀੜਦੀ ਹੋਏ ਸਿਰ ਪੀੜਦੀ ਹੋ, ਜਿਹੜੀ ਕੰਨ ਪੀੜਦੀ ਉਹ ਸਿਰ ਪੀੜਦੀ ਨਹੀਂ, ਜਿਹੜੀ ਸਿਰ ਪੀੜਦੀ ਉਹ ਢਿੱਡ ਪੀੜਦੀ ਨਹੀਂ, ਪਤਾ ਲੱਗ ਰਿਹਾ ਜੀ? ਮਗਰ ਮੇਰਾ ਬਾਬਾ ਕਹਿੰਦਾ, ਤੇਰੀਆਂ ਜਿੰਨੀਆਂ ਬਿਮਾਰੀਆਂ ਇਹਨਾਂ ਦੀ ਇੱਕੋ ਹੀ ਦਵਾਈ ਹੋ, ਵਾਹਿਗੁਰੂ 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 ਵਾਹਿਗੁਰੂ। ਖਾਓ ਖਾਓ, ਰਾਜੀ ਰਹੋਗੇ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੋ ਗਿਆ ਹੋ ਗਿਆ ਗਾੜਾ ਰੰਗ ਸਤਨਾਮ ਸ੍ਰੀ। ਚੰਗੀ ਤਰ੍ਹਾਂ ਸਕਰੀਨ 'ਤੇ ਵੇਖਿਓ। ਉਹਨੇ ਫਿਰ ਵੈਦ ਨੇ ਪੁੱਛਿਆ ਵੀ ਕੀ ਬਿਮਾਰੀ ਲੱਗ ਗਈ। ਜਦੋਂ ਇੰਨਾ ਕਹਿੰਦਾ ਸੀ ਨਾ ਆਪਣੇ ਸੰਤਾਂ ਲਿਓ, ਉਹਨੇ ਕਿਹਾ ਬਿਮਾਰੀ ਕੀ ਲੱਗ ਗਈ। ਅਤੇ ਕਿੰਨੇ ਸੋਹਣੇ ਸ਼ਬਦ ਨੇ ਤੁਸੀਂ ਹੁਣ ਬਾਣੀ ਨੂੰ ਬੇਟਾ, ਨਹੀਂ ਇਸ ਤਰ੍ਹਾਂ ਨਹੀਂ, ਨਾ ਚਿੱਟੇ ਦਮਾਲੇ ਵਾਲੀ ਧੀ, ਲੋਕਾਂ ਵੱਲ ਨਹੀਂ ਵੇਖੀਦਾ, ਸ਼ਬਦ 'ਚ ਧਿਆਨ ਰੱਖੀਦਾ। ਗਿਆ ਸੀ ਨਾ ਧਿਆਨ ਕਿਤੇ, ਨਹੀਂ ਨਾ। ਜਿਹੜਾ ਤੀਰ ਚਲਾਉਣ ਵਾਲਾ ਅਤੇ ਤੀਰ ਖਾਣ ਵਾਲਾ, ਤੀਰ ਚਲਾਉਣ ਲੱਗਾ ਵੀ ਉੱਧਰ ਉੱਧਰ ਵੇਖੇ ਉਹਦਾ ਤੀਰ ਟਿਕਾਣੇ 'ਤੇ ਨਹੀਂ ਲੱਗਦਾ, ਤੀਰ ਖਾਣ ਵਾਲਾ ਵੀ ਜਿਹੜਾ ਛਾਤੀ ਪਰੀ ਕਰਦੇ ਪਰੇ ਕਰਦੇ ਉਹਦੀ ਛਾਤੀ 'ਚ ਤੀਰ ਨਹੀਂ ਵੱਜਦਾ। ਕਹਾਣੀ ਇੰਨੀ ਹੈ। ਪੁੱਛਿਆ ਕੀ ਬਿਮਾਰੀ ਲੱਗੀ ਉਹ, ਹਾਜ਼ਰ ਹੋ ਪੁੱਤ ਕੀ ਬਿਮਾਰੀ ਲੱਗੀ? ਕਹਿੰਦੇ ਮਾਥੇ ਪੀਰ, ਮਾਥੇ ਮੱਥੇ 'ਚ 24 ਘੰਟੇ ਹੁਣ ਪੀੜ ਰਹਿੰਦੀ, ਵੱਧ ਹਜ਼ਮੀ ਦੀ ਨਹੀਂ ਪ੍ਰਭੂ ਮਿਲਾਪ ਦੀ, ਮੱਥੇ ਅਤੇ ਸਰੀਰ ਜਲਣ ਹੈ। ਆਹ ਦੱਸਦੇ ਜੇ ਭਗਤ ਆਪਣੇ ਵੈਦ ਬਨਵਾਰੀ ਨੂੰ, ਇਹ ਨਹੀਂ ਕਹਿੰਦੇ ਮੇਰੇ ਢਿੱਡ ਪੀੜ ਹੁੰਦੀ, ਆਖੋ ਵਾਹਿਗੁਰੂ ਮੇਰੇ ਕੰਨ ਪੀੜ ਹੁੰਦੀ, ਇਹ ਨਹੀਂ ਕਹਿੰਦੇ। ਕਹਿੰਦੇ ਛੱਡੋ। ਮੈਂ ਇਹਨਾਂ ਨੂੰ ਕੱਲ੍ਹ ਦੱਸਿਆ ਸੀ, ਇੱਕ ਬਜ਼ੁਰਗ ਨੂੰ ਮੈਂ ਮਿਲਦਾ ਹੁੰਦਾ ਸਾਂ, ਆਖੋ ਵਾਹਿਗੁਰੂ, ਅਤੇ ਉਹ ਕਹਿੰਦਾ ਉਹਨੂੰ ਸ਼ੂਗਰ ਸੀ, ਬਜ਼ੁਰਗ ਨੂੰ, ਉਹਨੂੰ ਕਿਸੇ ਨੇ ਆਣ ਕੇ ਆਖਣਾ ਵੀ ਤੂੰ ਇੰਨਾ ਪਹੁੰਚਿਆ ਹੋਇਆ ਸੰਤ ਹੈ, ਤੂੰ ਰੱਬ ਨੂੰ ਕਿਉਂ ਨਹੀਂ ਕਹਿੰਦਾ ਵੀ ਤੇਰੀ ਬੋਲੋ ਹਟਾ ਦੇਵੇ ਤੇਰੀ, ਤੇਰਾ ਤਾਂ ਯਾਰ ਆ, ਸਾਰੀ ਦੁਨੀਆ ਨੂੰ ਪਤਾ ਵੀ ਤੇਰੇ ਨਾਲ ਬਹੁਤ ਗਹਿਰੀ ਸਾਂਝ ਆ ਉਹਦੀ। ਪਤਾ ਸੀ, ਪਤਾ ਸੀ ਵੀ ਇਸ ਬੰਦੇ ਦੀ ਰੱਬ ਨਾਲ ਬੜੀ ਗੂੜੀ ਯਾਰੀ, ਪੀੜੀ ਗੰਢ ਆ, ਟੁੱਟਦੀ ਨਹੀਂ। ਅਤੇ ਉਹ ਕਹਿੰਦਾ ਸੀ ਵੀ ਜਦੋਂ ਮੈਂ ਜਾਪ ਸਾਹਿਬ ਪੜ੍ਹਦਾ ਨਾ, ਆਖੋ ਵਾਹਿਗੁਰੂ, ਉਹਦੇ ਵਿੱਚ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਕਹਿੰਦਾ ਸਾਰੇ ਰੋਗਾਂ ਨੂੰ ਨਮਸਕਾਰ ਕਰ, ਨਮੋ ਸਰਬ ਰੋਗੇ, ਬੋਲੋ ਇਹਦਾ ਅਰਥ ਕੀ ਬਣਿਆ? ਜਿੰਨੇ ਸ੍ਰਿਸ਼ਟੀ 'ਤੇ ਰੋਗ ਪੈਦਾ ਕੀਤੇ ਹੀ ਨਮਸਕਾਰ ਆ, ਜੜ 'ਤੇ ਕਿਤੇ ਤੇਰੇ ਵੱਲੋਂ ਹੀ ਲੱਗੀ, ਨਹੀਂ ਪਤਾ ਲੱਗਾ, ਜੜ 'ਤੇ ਕਿਤੇ ਤੇਰੇ ਵੱਲੋਂ ਭੇਜੀ ਚੀਜ਼, ਕਿਤਿਆਂ ਦੁੱਖ ਭੁੱਖ ਸਦਮਾਰ, ਇਹ ਵੀ ਦਾਤ ਤੇਰੀ। ਉਹ ਕਹਿੰਦਾ ਮੈਂ ਨਹੀਂ ਕਹਿਣਾ, ਸੱਚਮੁੱਚ ਨਹੀਂ ਕਿਹਾ। ਇੱਥੇ ਵੀ ਕਹਿੰਦੇ ਵੀ ਰੋਗ ਲੱਗਦਾ ਮਾਥੇ ਪੀਰ ਉੱਤੇ ਆ ਗਿਆ ਹੈ, ਵੇਖੋ ਜਰਾ, ਮਾਥੇ ਪੀਰ ਅਤੇ ਸਰੀਰ ਅਤੇ ਕਰਕ ਕਲੇਜੇ 'ਚ ਦਰਦ ਹੁੰਦੀ।
ਉਹ ਕਰਕ ਦਾ ਮਤਲਬ ਹੈ ਮਿਲਾਪ ਦੀ, ਵਿਛੋੜੇ ਦੀ। ਜਿਹੜਾ ਮੈਂ ਤੇਰੇ ਤੋਂ ਵਿਛੜ ਗਿਆ, ਇਹ ਮੇਰੇ ਕਲੇਜੇ 'ਚ 24 ਘੰਟੇ ਦਰਦ ਹੁੰਦੀ ਰਹਿੰਦੀ, ਮੱਥੇ 'ਚ ਪੀੜ ਹੈ, ਸਰੀਰ 'ਚ ਜਲਣ ਹੈ, ਅਤੇ ਕਰਕ ਅੱਗੇ ਜਾ ਕੇ ਸਭ ਕਹਿੰਦੇ ਐਸੀ ਬੇਦਨ, ਬੇਦਨ ਮੈਨੇ ਪੀੜਾ, ਨੋਟ ਕਰੀ ਜਾਇਆ ਕਰੋ ਨਾਲ, ਬੇਦਨ ਮੈਨੇ ਹਮਰੀ ਬੇਦਨ ਹਰ ਪ੍ਰਭ ਜਾਣੇ ਅਵਰ ਕਿਆ ਜਾਣੇ ਕੋਏ। ਮੇਰੇ ਅੰਦਰ ਜਿਹੜੀ ਪੀੜ ਹੋ ਰਹੀ ਹੈ ਨਾ, ਮੇਰਾ ਪਰਮੇ ਉੱਚੀ ਬੋਲਿਆ ਕਰੋ, ਸਿੱਖੋ ਧਿਆਨ ਨਾਲ, ਸੁਣੋ ਇਹ ਬਾਣੀ ਦੇ ਮੋਤੀ ਨੇ, ਚੁਣੋ ਆਪਣੀ ਸੁਰਤ ਨੂੰ, ਕਹੋ ਚੁਣੋ ਆਪਣੀ ਸੁਰਤ ਨੂੰ, ਸਮਝਾ ਵੀ ਬਾਣੀ ਦੇ ਮੋਤੀਆਂ ਦੀ ਵਰਖਾ ਹੋ ਰਹੀ, ਮੇਰੀ ਇਹ ਸੁਰਤ, ਮੇਰੇ ਆ ਮਨਾ, ਇਹਨਾਂ ਨੂੰ ਚੁਣ ਹੰਸ ਬਣ ਕੇ। ਸੱਚਮੁੱਚ ਹੀ ਹੰਸ ਤੋਂ ਬਿਨਾਂ ਮੋਤੀ ਕੋਈ ਨਹੀਂ ਜੇ ਚੁੱਕ ਸਕਦਾ। ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ, ਮਾਥੇ ਪੀਰ ਸਰੀਰ ਜਲਣ ਹੈ, ਕਰਕ ਕਰੇ ਜੇ ਮਾਈ ਤੇਰੇ ਵਿਛੋੜੇ ਦੀ। ਉਹ ਸੁਣਿਆ ਨਾ ਬੱਚਨ ਆਪਣੇ, ਵੈਦਾ ਵੈਦ ਸਵੈਦ ਤੂੰ ਪਹਿਲਾਂ ਰੋਗ ਪਛਾਣ, ਵੇਖ ਤੇ ਸਹੀ ਵੈਦ ਬੁਲਾਇਆ ਵੈਦਗੀ ਆਉਂਦੀ, ਬਾਣੀ ਬੋਲੋ ਤਰਜੋਂ ਬਹੁਤਿਆਂ ਨੂੰ ਆਉਂਦੀ, ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਂ, ਭੋਲਾ ਵੈਦ ਨਾ ਜਾਣੀ ਕਰਕ ਕਰੇ ਜੇ ਮਾਂ। ਮਹਿਤਾ ਕਾਲੂ ਆਪਣੇ ਪੁੱਤਰ ਦਾ ਇਲਾਜ ਕਰਾ, ਇਹਦਾ ਰੰਗ ਪੀਲਾ ਪੈਂਦਾ ਜਾਂਦਾ ਹੈ। ਆਖੋ ਵਾਹਿਗੁਰੂ, ਰਿਸ਼ਤੇਦਾਰਾਂ ਨੇ ਆਖਿਆ ਵੀ ਆਪਣੇ ਪੁੱਤਰ ਦਾ ਇਹਦਾ ਰੰਗ, ਸਾਰਾ ਦਿਨ ਕੱਪੜਾ ਮੂੰਹ 'ਤੇ ਪਾ ਕੇ ਪਤਾ ਨਹੀਂ ਕਿੱਥੇ ਜੁੜਿਆ ਰਹਿੰਦਾ, ਇੱਕ ਤਰ੍ਹਾਂ ਦਾ ਹੋ ਗਿਆ ਚੌਂਕੜਾ ਮਾਰੂ ਪੁੱਤ, ਸਾਰਾ ਦਿਨ ਮੂੰਹ 'ਤੇ ਕੱਪੜਾ ਪਾ ਕੇ ਪਿਆ ਰਹਿੰਦਾ, ਇਹਦਾ ਇਲਾਜ ਕਰਾ। ਇੱਥੋਂ ਤੱਕ ਵੀ ਮੈਂ ਸੂਰਜ ਪ੍ਰਕਾਸ਼ ਦੀ ਕਥਾ ਦਾਸ ਨੇ ਖੁਦ ਕੀਤੀ ਗੁਰਦੁਆਰਾ ਸੀਸ ਗੰਜ ਸਾਹਿਬ, ਵੀ ਉਹਨਾਂ ਸਾਰਿਆਂ ਰਲ ਕੇ ਆਖਿਆ ਜੇ ਤੇਰੇ ਕੋਲ ਪੈਸੇ ਨਹੀਂ ਤਾਂ ਪੈਸੇ ਅਸੀਂ ਦੇਣੇ ਪੁੱਤ ਦਾ ਇਲਾਜ ਕਰਾ, ਰਿਸ਼ਤੇਦਾਰਾਂ ਆਖਿਆ। ਫਿਰ ਇੱਕ ਦਿਨ ਮਹਿਤਾ ਕਾਲੂ ਨੂੰ ਤਾਂ ਪਤਾ ਸੀ ਵੀ ਇਹਨੂੰ ਦੁਨਿਆਵੀ ਪੀੜ ਨਹੀਂ ਕੋਈ, ਇੰਨਾ ਚਿਰ ਪੁੱਤ ਕੋਲ ਰਹਿੰਦਿਆਂ ਤੁਸੀਂ ਆਪਣੇ ਬੱਚੇ ਦੇ ਆਓ ਪਾਓ ਪਛਾਣ ਲੈਂਦੇ ਹੋ, ਉਹਨੇ ਵੀ ਪਛਾਣ ਲਏ ਸੀ। ਆਖੋ ਵਾਹਿਗੁਰੂ, ਇੱਕ ਦਿਨ ਸਾਰਿਆਂ ਰਿਸ਼ਤੇਦਾਰਾਂ ਨੇ ਰਲ ਕੇ ਇੱਕ ਵੈਦ ਲੈ ਹੀ ਆਉਂਦਾ, ਸੁਣ ਟਿਕੇ ਹੋ ਨਾ ਵੈਦ, ਅਤੇ ਉਹਨੇ ਆਉਂਦੇ ਨੇ ਇੱਥੋਂ ਬਾਂਹ ਫੜ ਕੇ, ਅਤੇ ਨਬਜ਼ ਚੈੱਕ ਕਰਨੀ ਚਾਹੀ, ਉੱਥੇ ਲਿਖਿਆ ਵੈਦਾ ਵੈਦ ਸਵੈਦ ਤੂੰ ਸਿਆਣਾ ਤਾਂ ਏ, ਜੇ ਪਹਿਲਾਂ ਰੋਗ ਪਛਾਣ, ਮੈਨੂੰ ਰੋਗ ਕੀ ਆ, ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਂਹ, ਮਗਰ ਇਹ ਆਉਣ ਵਾਲਾ ਵੈਦ ਇੰਨਾ ਭੋਲਾ ਵਾ, ਇਹਨੂੰ ਇਹ ਨਹੀਂ ਪਤਾ ਕਲੇਜੇ 'ਚ ਮੇਰੇ 'ਚ ਦਰਦ ਕਲੇਜੇ 'ਚ ਹੋ ਰਹੀ, ਅਤੇ ਇਹ ਮੇਰੀ ਬਾਂਹ ਫੜੀ ਫਿਰਦਾ, ਪਤਾ ਲੱਗਾ ਨਾ ਜਿਹੜੀ ਕਲੇਜੇ ਦੀ ਦਰਦ, ਉਹ ਇੱਥੋਂ ਕਿਤਨਾ ਚੈੱਕ ਕਰ ਲਓਗੇ, ਕਰਕ ਕਰੇਜੇ ਮਾਂ। ਆਖ ਵਾਹਿਗੁਰੂ, ਇੱਥੇ ਵੀ ਕਹਿੰਦੇ ਇਹ ਪੀੜਾ ਪੈਦਾ ਹੋ ਗਈ, ਮਾਥੇ ਪੀਰ ਸਰੀਰ ਜਲਣ ਹੈ, ਕਰਕ ਕਰੇਜੇ ਐਸੀ ਬੇਦਨ ਉਪਜ ਖਰੀ ਭਈ ਵਾਕਾ ਔਖਦ ਨਾਈ, ਇਹੋ ਜਿਹੀ ਪੀੜ ਪੈਦਾ ਹੋ ਗਈ ਆ ਜਿਹਦੀ ਕੋਈ ਦਵਾਈ ਨਹੀਂ ਹੈਗੀ। ਅਤੇ ਫਿਰ ਆਪ ਹੀ ਭਗਤ ਭੀਖਣ ਕਹਿੰਦਾ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਤੀਓ ਗੱਲਾਂ ਨਾ ਕਰੋ ਪੁੱਤ ਸੁਣੋ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਹਰੀ ਦਾ ਨਾਮ ਜਿਹੜਾ ਹੈ ਨਾ ਅੰਮ੍ਰਿਤ ਜਲ, ਇਹ ਔਖਦ, ਔਖਦ ਮਣੇ ਦਵਾਈ, ਇਹ ਆ ਦਵਾਈ ਹਰ ਪ੍ਰਾਣੀ ਦੀ, ਕੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ
ਇੱਕ ਦੀ ਨਹੀਂ, ਦੋ ਦੀ ਨਹੀਂ, ਗੋਰੇ ਕਾਲਿਆਂ ਨੂੰ ਸਾਰਿਆਂ ਨੂੰ ਪਿਆਓ, ਆਰਾਮ ਆਊਗਾ। ਸੰਸਾਰ ਰੋਗੀ ਅਤੇ ਉੱਥੇ ਇਹ ਨਹੀਂ ਕਿਹਾ ਪੰਜਾਬ ਵਾਲਿਆਂ ਦੀ, ਸੰਸਾਰ ਹੀ ਰੋਗੀ ਆ ਅਤੇ ਦਵਾਈ ਇੱਕੋ ਹੀ ਦੱਸੀ, ਹਰ ਕਾ ਨਾਮ ਉੱਤੇ ਪੜ੍ਹੋ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜਗ, ਜਿਹੜਾ ਜਿਹੜਾ ਜਪੂਗਾ ਗੁਰਪ੍ਰਸਾਦ ਕਹੇ ਜਨ ਭੀਖਣ ਪਾਵ ਮੋਖ ਦੁਆਰਾ। ਇਹ ਨਾਮ ਜਪਦੇ ਜਪਦੇ ਜਿੱਥੇ ਤੁਹਾਡੀ ਦਰਦ ਦੂਰ ਹੋਊਗੀ, ਵਿਛੋੜੇ ਦੀ ਮਿਲਾਪ ਹੋਊਗਾ, ਉੱਥੇ ਮੋਕਸ਼ ਦੀ ਪ੍ਰਾਪਤੀ ਹੋਊਗੀ ਜੇ ਇਹ ਦਵਾਈ ਪੀਓਗੇ। ਵਾਹਿਗੁਰੂ ਵਾਹਿਗੁਰੂ ਜਿੰਦੇ ਰਹੋ ਜਿੰਦੇ ਰਹੋ, ਪੀਓ ਪੀਓ ਪੀਓ, ਇਤਨਾ ਪੀਓ ਸਾਰੀ ਦਵਾਈ ਅੰਦਰ ਜਾਵੇ। ਗੁਰੂ 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 ਜੀਓ ਜੀਓ ਜੀਓ, ਪੀਓ ਦਵਾਈ ਪੀਓ। ਵਾਹਿਗੁਰੂ 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 ਪੀਓ, ਥੋੜ੍ਹਾ ਜਿਹਾ ਉੱਚੀ ਬੋਲੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਿਜ਼ਲਟ ਆ ਗਿਆ ਕਰਨੈਲ ਸਿੰਘ ਅੱਗੇ, ਜੇ ਨਾਮ ਜਪੋਗੇ ਅਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਕਹੇ ਜਨ ਭੀਖਣ ਭੀਖਣ ਸੇਵਕ ਕਹਿੰਦਾ ਹੈ ਵੀ ਜੇ ਇਹ ਦਵਾਈ ਪੀਓਗੇ ਤਾਂ ਪਾਵੋ ਮੋਕਸ਼ ਦੀ ਪ੍ਰਾਪਤੀ। ਮੋਕਸ਼ ਦੀ ਪ੍ਰਾਪਤੀ ਦਾ ਥੋੜ੍ਹਾ ਜਿਹਾ ਅਰਥ ਲੈ ਲਿਓ, ਵਾਸ਼ਨਾਵਾਂ ਤੋਂ ਮੁਕਤੀ। ਇਹ ਗੁਰੂ ਨਾਨਕ ਦਾ ਘਰ ਆ, ਹਰ ਕਮਿਊਨਿਟੀ ਮੁਸਲਮਾਨ ਈਸਾਈ ਦੂਸਰੇ ਤੀਸਰੇ ਜਿਹੜੇ ਇਹ ਮਰਨ ਤੋਂ ਬਾਅਦ ਮੁਕਤੀ ਲੱਭਦੇ। ਕੀ ਆਖਿਆ ਮਹਿੰਗਾ ਸਿੰਘ? ਮੇਰਾ ਗੁਰੂ ਕਹਿੰਦਾ ਨਹੀਂ ਐਸਾ ਨਹੀਂ। ਇੱਕ ਸੂਰਮਾ ਭਗਤ ਹੋਇਆ ਭਗਤ ਨਾਮ ਦੇਵ, ਕੀ ਨਾਮ ਹੈ?
ਬੜਾ ਪਿਆਰਾ ਸ਼ਬਦ ਕਹਿੰਦਾ, ਰੱਬ ਨਾਲ ਹੀ ਸਿੱਧਾ ਹੋਇਆ, ਮੂਏ ਹੂਏ ਜੋ ਮੁਕਤ ਦਿਓਗੇ। ਕੀ ਅਰਥ ਬਣਿਆ ਪੁੱਤ? ਜੇ ਤੂੰ ਕਿਤੇ ਮੈਨੂੰ ਮੁਕਤੀ ਦੇ ਵੀ ਦੇਗਾ, ਲੋਕਾਂ ਨੂੰ ਕੀ ਪਤਾ ਮੈਂ ਮੁਕਤ ਹੋਇਆ ਕਿ ਨਹੀਂ। ਇਹ ਬੜਾ ਪਿਆਰਾ ਸ਼ਬਦ ਹੈ, ਮੂਏ ਹੂਏ ਮੁਕਤ ਨਾ ਜਾਣੇ ਕੋਇਲਾ, ਕਿਸੇ ਨੂੰ ਕੀ ਪਤਾ ਮੈਂ ਮੁਕਤ ਹੋਇਆ ਕਿ ਨਹੀਂ। ਇੱਥੇ ਹੀ ਕਰ ਜੋ ਕਰਨਾ ਹੈ। ਅਤੇ ਇੱਥੇ ਗੁਰਬਾਣੀ 'ਚ ਲਿਖਿਆ ਵੀ ਜੇ ਤੇ ਕਿਰਪਾ ਹੋਵੇ ਉਹ ਪ੍ਰਾਣੀ ਜੀਵਨ ਮੁਕਤ ਕਹਾਵੇ, ਜਿਉਂਦਿਆਂ ਹੀ ਮੁਕਤ ਹੁੰਦਾ ਹੈ। ਗੁਰਪ੍ਰਸਾਦ ਕਹੇ ਜਨ ਪਾ ਭੀਖਣ ਪਾਵੋ ਮੋਖ ਦੁਆਰ। ਇੱਥੇ ਜਪਦਿਆਂ ਜਪਦਿਆਂ ਜਿਹਨੇ ਇਹ ਦਵਾਈ ਪੀਤੀ, ਜਿਹਨੇ ਇਹ ਦਵਾਈ ਖਾਧੀ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜੱਗ ਸਾਰਾ ਗੁਰਪ੍ਰਸਾਦ ਕਹੇ ਜਨ ਭੀਖਣ। ਵੇਖੋ ਗੁਰਪ੍ਰਸਾਦ ਨਹੀਂ ਭੁੱਲਿਆ, ਨਹੀਂ ਪਤਾ ਲੱਗਾ ਵੀ ਭੀਖਣ ਕਹਿ ਰਿਹਾ, ਨਾ ਨਾ ਨਾ, ਗੁਰੂ ਦੀ ਕਿਰਪਾ ਨਾਲ ਭੀਖਣ ਕਹਿ ਰਿਹਾ। ਇੱਥੇ ਤੁਹਾਡਾ ਅਤੇ ਮੇਰਾ ਅਣ ਕੇ ਵਿਛੋੜਾ ਪੈ ਜਾਂਦਾ ਹੈ। ਅਸੀਂ ਕਹਿੰਦੇ ਮੈਂ ਜਪ ਲਿਆ, ਆਖੋ ਵਾਹਿਗੁਰੂ, ਮੈਂ ਜਪ ਲਿਆ, ਮੈਂ ਸੇਵਾ ਕਰ ਲਈ, ਮੈਂ ਦਾਨ ਕਰ ਲਿਆ, ਮੈਂ ਪੁੰਨ ਕਰ ਲਿਆ। ਇੱਥੇ ਅੜਚਣ ਆ ਗਈ, ਫਿਰ ਚੌਂਕੜੇ ਮਾਰੋ ਨਾ ਸੋਹਣੀ ਤਰ੍ਹਾਂ, ਅੜਚਣ ਆ ਗਈ। ਜਿਹੜੀਆਂ ਜਾਗੀਆਂ ਰੂਹਾਂ ਨੇ ਨਾ, ਉਹਨੂੰ ਕੋਈ ਪੁੱਛੇ ਵੀ ਨਿਤਨੇਮ ਕਰਦਾ ਹੈ, ਹਾਂ ਗੁਰੂ ਸਾਹਿਬ ਦੀ ਕਿਰਪਾ ਨਾ ਕਰਦਾ, ਕਿਰਪਾ ਸ਼ਬਦ ਨਹੀਂ ਛੱਡਦੇ। ਸਭ ਕੁਝ ਹੋਇਆ ਤੇ ਪ੍ਰਭ ਕਿਰਪਾ ਤੇ ਮਨ ਵਸ ਆਇਆ, ਬੋਲੋ ਹਾਂ ਪ੍ਰਭ, ਨਾਨਕ ਗੁਰਮੁਖ ਤਰੀ ਤੇ ਨਮਾਇਆ, ਨਾਨਕ ਖੁੱਲ ਕੇ, ਨਾਨਕ ਗੁਰਮੁਖ ਤਰੀ ਤਿੰਨ। ਉਹਨਾਂ ਨੇ ਮਾਇਆ ਦੇ ਸਮੁੰਦਰ ਚੋਂ ਪਾਰ ਹੋ ਗਏ ਜਿਨ੍ਹਾਂ ਦਾ ਪ੍ਰਭੂ ਦੀ ਕਿਰਪਾ ਨਾਲ ਮਨ ਵਸ ਆ ਗਿਆ। ਅਤੇ ਇਹ ਗੱਲ ਫਿਰ ਨੋਟ ਕਰਿਓ, ਜਦੋਂ ਕੋਈ ਕੰਮ ਦੀ ਗੱਲ ਕਰਨੀ ਹੈ ਵੀ ਮੇਰੇ 'ਤੇ ਕਿਰਪਾ ਹੋ ਗਈ, ਕਿਰਪਾ ਸ਼ਬਦ ਨਾ ਭੁੱਲ ਜਿਓ, ਕਿਰਪਾ ਨਾਲ ਰੱਖਣੀ, ਆਖੋ ਵਾਹਿਗੁਰੂ, ਕਿਰਪਾ ਹਰ ਬਚਨ ਵਿੱਚ, ਪਰਮੇਸ਼ੁਰ ਕੀ ਕਿਰਪਾ ਸੇ ਹਮ ਜਾਨ ਲੇਤੇ ਹੈ, ਪਰਮੇਸ਼ੁਰ ਦੀ ਕਿਰਪਾ ਨਾ ਛੱਡਣੀ, ਇਹ ਕਿਰਪਾ ਸ਼ਬਦ ਨਾਲ ਰੱਖਣਾ। ਸਤਿਗੁਰੂ ਕਿਰਪਾ ਕਰੇ ਮੇਰੀ ਉਹ ਬਚੀਓ, ਗੁਰਸਿੱਖੋ ਪਿਆਰਿਓ। ਟਾਈਮ ਅੱਜ 8 ਵਜੇ ਤੱਕ ਦਾ ਹੀ ਹੈ, ਕਿਰਪਾ ਕਰਨੀ ਕੱਲ੍ਹ ਤੋਂ 6:15 ਤੋਂ 7 ਵਜੇ ਤੱਕ ਗੁਰੂ ਰਾਮਦਾਸ ਕਿਰਪਾ ਕਰੇ। ਤੁਸੀਂ ਕੰਮਾਂ ਕਾਰਾਂ ਤੋਂ ਆਣ ਕੇ ਵੀ ਪਹੁੰਚ ਜਾਂਦੇ ਸੋ, ਕੱਲ੍ਹ ਦਾ ਜਿਸ ਤਰ੍ਹਾਂ ਸ਼ਡਿਊਲ ਬਣ ਸਕਦਾ ਹੈ ਬਣਾ ਕੇ ਆਣ ਕੇ ਸ਼ਬਦ ਦਾ ਅੰਮ੍ਰਿਤ ਪੀਓ ਇੱਕ ਹਫ਼ਤੇ ਲਈ। ਸਤਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ। ਅੱਜ ਦਾ ਬਚਨ ਹੈ, ਆਖੋ ਵਾਹਿਗੁਰੂ। ਮਾਈ, ਆਪਣੇ ਆਪ ਨੂੰ ਕਹਿਣਾ ਹੈ ਮਾਈ, ਫਿਰ ਬੋਲੋ। ਜਦੋਂ ਤੁਸੀਂ ਅੰਗਰੇਜ਼ੀ 'ਚ ਮਾਈ ਸ਼ਬਦ ਬੋਲਦੇ ਹੋ ਉਹਦਾ ਅਰਥ ਕੀ ਹੁੰਦਾ? ਹਾਂ, ਇੱਥੇ ਅੰਗਰੇਜ਼ੀ 'ਚ ਲਾ ਲਓ ਇਹਨੂੰ, ਮਾਈ ਮੈਂ ਮਨ ਕੋ ਮਾਣ ਨਾ ਤਿਆਗਿਓ, ਮੈਂ ਰੁਮਾਲੇ ਬੜੇ ਚੜ੍ਹਾਏ, ਮੈਂ ਸੋਨਾ ਬੜਾ ਚੜ੍ਹਾਇਆ, ਮਗਰ ਚੜ੍ਹਾਉਣ ਵਾਲੀ ਚੀਜ਼ ਚੜ੍ਹਾਈ ਨਹੀਂ। ਪਤਾ ਲੱਗਾ ਜੀ, ਚੜ੍ਹਾਉਣ ਵਾਲੀ ਚੀਜ਼ ਚੜ੍ਹਾਈ ਨਹੀਂ, ਬੜਾ ਕੁਛ ਚੜ੍ਹਾਇਆ ਸੱਚਮੁੱਚੀ, ਦਾਲਾਂ ਦੇ ਢੇਰ, ਆਟੇ ਦੇ ਢੇਰ ਲੱਗਦੇ, ਲਾਉਣੇ ਵੀ ਚਾਹੀਦੇ, ਆਖੋ ਵਾਹਿਗੁਰੂ। ਮਗਰ ਜੇ ਤੁਸੀਂ ਦਾਲ ਦੇ ਕੇ, ਆਟਾ ਦੇ ਕੇ, ਰੁਮਾਲੇ ਦੇ ਕੇ, ਸੋਨਾ ਦੇ ਕੇ ਕਹੋ ਸਾਡਾ ਭਲਾ ਹੋ ਜਾਏ, ਬਾਪੂ ਦੀ ਹਜ਼ੂਰੀ 'ਚ ਕਿੰਨਾ ਭਲਾ ਨਹੀਂ ਜੇ ਹੋਣਾ। ਇਹ ਚੰਗਾ ਕੰਮ ਹੈ, ਲੰਗਰ ਵਿੱਚ ਵਸਤੂ ਲਿਆਉਣੀ ਹੈ ਚੰਗਾ ਕੰਮ ਆ, ਮੁਕਤੀ ਨਹੀਂ। ਮੁਕਤੀ ਕਿਸ ਤਰ੍ਹਾਂ ਮਿਲਣੀ?
ਮੁਕਤੀ ਨਾਮ ਜਪ ਕੇ ਆਖੋ ਵਾਹਿਗੁਰੂ ਕੀ ਹਰ ਚੀਜ਼ ਆ ਨੋਟ ਕਰਿਓ ਬਰੀਕ ਸ਼ਬਦ ਆ ਰਵਿੰਦਰ ਹਰ ਚੀਜ਼ ਜਦੋਂ ਤੁਸੀਂ ਭੇਟਾ ਕਰੋਗੇ ਨਾ ਤਾਂ ਉਹਦੇ ਨਾਲ ਅਹੰਕਾਰ ਪੈਦਾ ਹੋਣਾ ਥੋੜ੍ਹਾ ਨਹੀਂ ਬਹੁਤਾ ਨਹੀਂ ਅਤੇ ਥੋੜ੍ਹਾ ਹੀ ਸਹੀ ਜਿਹੜੀ ਚੀਜ਼ ਭੇਟਾ ਕਰੋਗੇ ਜਦੋਂ ਤੁਸੀਂ ਆਪਣਾ ਆਪ ਹੀ ਭੇਟਾ ਕਰਤਾ ਹੁਣ ਅਹੰਕਾਰ ਕਿੱਥੇ ਪੈਦਾ ਹੋਊ ਨਹੀਂ ਪਤਾ ਲੱਗਾ ਲੱਗ ਗਿਆ ਸ਼ਾਬਾਸ਼ ਜਦੋਂ ਤੁਸੀਂ ਜਿਹੜੀ ਪੈਲੀ ਦੇ ਵਿੱਚ ਗੰਦ ਉੱਗਣਾ ਹੈ ਉਹ ਪੈਲੀ ਦੇ ਦਿੱਤੀ ਹੁਣ ਹੰਕਾਰ ਕਾਹਦਾ ਤੀਰਥ ਵਰਤਰ ਦਾਨ ਕਰ ਮਨ ਮੈਂ ਧਰੇ ਗੁਮਾਨ ਇਤਨਾ ਲਿਖਿਆ ਤੀਰਥ ਨਹਾ ਕੇ ਵਰਤ ਰੱਖ ਕੇ ਅਤੇ ਦਾਨ ਕਰਕੇ ਮਨ ਮੈਂ ਪੈਦਾ ਹੋ ਹੀ ਜਾਣਾ ਹੈ ਪੈਦਾ ਉੱਚੀ ਬੋਲਿਆ ਕਰੋ ਅਹੰਕਾਰ ਆਪਣੇ ਆਪ ਹੋ ਜਾਣਾ ਹੈ ਗੰਦ ਨੂੰ ਤੁਸੀਂ ਪੈਲੀ 'ਚ ਬੀਜਦੇ ਨਹੀਂ ਇਤਨਾ ਰਹੋ ਨਾ ਸਾਰੇ ਜ਼ਿਮੀਂਦਾਰੀ ਆਏ ਉੱਥੋਂ ਗੰਦ ਨੂੰ ਪੈਲੀ ਵਿੱਚ ਬੀਜਦੇ ਤੁਸੀਂ ਕੁਝ ਹੋਰ ਹੋ ਮਗਰ ਗੰਦ ਆਪੇ ਹੀ ਉਖਲ ਆਉਂਦਾ ਹੈ ਇਸ ਤਰ੍ਹਾਂ ਅਹੰਕਾਰ ਨੂੰ ਤੁਸੀਂ ਆਪਣੇ ਆਪ ਚੈੱਕ ਕਹਿ ਕੇ ਨਹੀਂ ਪੈਦਾ ਕਰਦੇ ਮੈਨੂੰ ਹੰਕਾਰ ਹੋ ਜਾਏ ਹੰਕਾਰ ਆਪਣੇ ਆਪ ਪੈਦਾ ਹੋ ਜਾਂਦਾ ਹੈ ਤੀਰਥ ਵਰਤਰ ਦਾਨ ਕਰ ਮਨ ਮੈਂ ਧਰੇ ਅਤੇ ਜਿਹੜੇ ਤੇਰੇ ਤੀਰਥ ਨਾਤੇ ਵਰਤ ਰੱਖੇ ਦਾਨ ਕੀਤਾ ਨਾਨਕ ਨਿਫਲ ਜਾਤ ਤੇ ਹੈ ਆਹ ਸੁਣ ਲਾ ਹੁਣ ਕਾਂਡਾ ਵੱਜ ਗਿਆ ਜੀ ਆਖੋ ਵਾਹਿਗੁਰੂ ਨਾਨਕ ਤੇ ਸਾਰੀਆਂ ਚੀਜ਼ਾਂ ਨਿਫਲ ਚਲ ਗਈਆਂ ਅਤੇ ਪ੍ਰਮਾਣ ਬੜਾ ਸੁੰਦਰ ਦਿੱਤਾ ਜੀ ਧਿਆਨ ਨਾਲ ਸੁਣਿਓ ਹਾਥੀ ਜਿਹੜਾ ਹੁੰਦਾ ਨਾ ਹਾਥੀ ਪੁੱਤ ਇੱਧਰ ਵੇਖ ਹਾਥੀ ਜਿਹੜਾ ਹੁੰਦਾ ਜਦੋਂ ਸੁੱਕਾ ਹੁੰਦਾ ਨਾ ਮਿੱਟੀ 'ਚ ਲੇਟੇ ਸੁੱਕਾ ਪਤਾ ਲੱਗ ਰਿਹਾ ਮਹਿੰਗਾ ਸਿੰਘ ਸੁੱਕਾ ਹਾਥੀ ਮਿੱਟੀ 'ਚ ਲੇਟਦਾ ਹੈ ਅਤੇ ਕਿਲੋ ਦੋ ਕਿਲੋ ਮਿੱਟੀ ਲੱਗਦੀ ਪਤਾ ਲੱਗ ਗਿਆ ਜੇ ਉਹ ਇਸ਼ਨਾਨ ਕਰਕੇ ਨਹਾ ਕੇ ਆਪਣੇ ਆਪ ਨੂੰ ਕਹੇ ਹੁਣ ਤਾਂ ਮੇਰੀ ਸਾਰੀ ਮੈਲ ਅਤੇ ਜੇ ਮਿੱਟੀ 'ਚ ਲੇਟੇ ਅਤੇ ਮਣਾ ਪੱਕੀ ਮਿੱਟੀ ਉਹਨੂੰ ਲੱਗਦੀ ਇਸ ਤਰ੍ਹਾਂ ਹੀ ਜਦੋਂ ਬੰਦੇ ਨੇ ਦਾਨ ਨਹੀਂ ਕੀਤਾ ਹੁੰਦਾ ਤੀਰਥ ਨਹੀਂ ਨਹਾਤਾ ਹੁੰਦਾ ਉਦੋਂ ਤਾਂ ਹੋ ਸਕਦਾ ਉਹਨੂੰ ਕਿਲੋ ਦੋ ਕਿਲੋ ਹੀ ਅਹੰਕਾਰ ਹੋਵੇ ਪਤਾ ਲੱਗ ਰਿਹਾ ਅਤੇ ਜਿੱਦਣ ਤੋਂ ਦਾਨ ਕਰ ਲੈਂਦਾ ਇਹ ਪੁੰਨ ਕਰ ਲੈਂਦਾ ਇਸ਼ਨਾਨ ਕਰ ਆਉਂਦਾ ਇਹ ਫਲਾਣੀ ਯਾਤਰਾ ਢੀਂਗੜੀ ਯਾਤਰਾ ਕਰ ਆਉਂਦਾ ਉਦੋਂ ਤਾਂ ਫਿਰ ਇਸ ਤਰ੍ਹਾਂ ਫਿਰਦਾ ਮਣਾ ਮੂੰਹ ਹੀ ਅਹੰਕਾਰ ਚਿੰਬੜਦਾ ਹੈ ਫਿਰ ਇਹਦਾ ਕੀ ਕਰੋਗੇ ਇੱਥੇ ਵੀ ਸਾਹਿਬ ਤੇਗ ਬਹਾਦਰ ਬਾਪੂ ਕਹਿੰਦਾ ਮਾਈ ਮੈਂ ਸਭ ਕੁਝ ਛੱਡਤਾ ਪੈਸਾ ਛੱਡਣ ਨੂੰ ਵੀ ਤਿਆਰ ਹਾਂ ਆਖੋ ਵਾਹਿਗੁਰੂ ਪੈਸਾ ਵੀ ਛੱਡਣ ਨੂੰ ਤਿਆਰ ਹਾਂ ਸਭ ਕੁਝ ਦੇਣ ਨੂੰ ਤਿਆਰ ਹਾਂ ਘਰ ਵੀ ਛੱਡ ਦੂੰ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੇ ਆਪਣੇ ਘਰ ਛੱਡ ਕੇ ਜੰਗਲਾਂ ਨੂੰ ਚਲੇ ਗਏ ਮਗਰ ਜੋ ਛੱਡਣ ਵਾਲੀ ਚੀਜ਼ ਸੀ ਨਾਵਾਂ ਪਾਤਸ਼ਾਹ ਕਹਿੰਦਾ ਮਾਈ ਮੈਂ ਮਨ ਕੋ ਮਾਣ ਨਾ ਤਿਆਗਿਓ ਬੋਲੋ ਜਰਾ ਮਹਿਸੂਸ ਕਰਕੇ ਕਹੋ ਮੈਂ ਬੜਾ ਕੁਝ ਗੁਰੂ ਘਰ ਚੜ੍ਹਾਇਆ ਮਗਰ ਮੈਂ ਮਨ ਦਾ ਹੰਕਾਰ ਨਹੀਂ ਗੁਰੂ ਨੂੰ ਦਿੱਤਾ ਬੰਗਲਾ ਸਾਹਿਬ ਇੱਕ ਪਛੋਰੀ ਵੀਰ ਮੇਰਾ ਆਖੋ ਵਾਹਿਗੁਰੂ ਕਾਬਲੀ ਜਾਂ ਪਛੋਰੀ ਸੀ ਉਹਨਾਂ ਦੀ ਪੱਗ ਵੱਖਰੀ ਹੁੰਦੀ ਸ਼ੀਟ ਦੀ ਸਵੇਰੇ ਸਿਰ ਆਉਂਦਿਆ ਸੀ ਮੈਂ ਤਾਬਿਆਂ 'ਤੇ ਬੈਠਾ ਸਾਂ ਬੰਗਲਾ ਸਾਹਿਬ ਉਹਨੇ ਐਡਾ ਸਾਰਾ ਉਹਨਾਂ ਦਿਨਾਂ 'ਚ 500 ਦਾ ਸਿਹਰਾ ਉਹਨਾਂ ਦਿਨਾਂ 'ਚ 84 82 83 88 'ਚ ਐਡਾ ਸਿਹਰਾ ਉਹਨੇ ਫੁੱਲਾਂ ਦਾ ਗੁਲਾਬਦਿਆਂ ਦਾ ਮੈਨੂੰ ਦੇਣ ਨੂੰ ਗਾਂਹ ਕੀਤਾ ਮੈਂ ਜਦੋਂ ਪਿੱਛੇ ਸੁਣਿਓ ਇਹ ਕਹਾਣੀ ਨਹੀਂ ਵੀ ਤੁਹਾਡਾ ਟਾਈਮ ਬਰਬਾਦ ਕਰਦਾ ਇਹਦੇ 'ਚ ਕੁਝ ਲੱਭਣਾ ਜਦੋਂ ਮੈਂ ਪਿੱਛੇ ਨੂੰ ਸਿਹਰਾ ਲੈਣ ਨੂੰ ਮੂੰਹ ਕੀਤਾ ਤਾਂ ਇੰਨੀ ਬਦਬੋ ਸ਼ਰਾਬ ਦੀ ਆਈ ਮੂੰਹ ਦੇ ਵਿੱਚੋਂ ਸਮੈਲ ਮੈਂ ਸਿਹਰਾ ਰੱਖ ਕੇ
ਉੱਥੇ ਫੜਿਆ ਉਹਦੇ ਕੋਲੋਂ, ਇੱਥੇ ਰੱਖਤਾ, ਉੱਤੇ ਚੜ੍ਹਾਇਆ ਨਾ। ਪੈਸੇ ਵਾਲਾ ਬੰਦਾ ਸੀ, ਸਵੇਰੇ ਪ੍ਰਧਾਨ ਦਾ ਫੋਨ ਆ ਗਿਆ ਵੀ ਤੂੰ ਉਹਨਾਂ ਦਾ ਸਿਰਾ ਗੁਰੂ ਸਾਹਿਬ ਨੂੰ ਭੇਟ ਨਹੀਂ ਕੀਤਾ। ਮੈਂ ਕਿਹਾ ਜੀ ਉਹਨੇ ਰਾਤ ਦੀ ਕਿਤੇ ਇੰਨੀ ਸ਼ਰਾਬ ਪੀਤੀ, ਉਹਦੇ ਮੂੰਹ ਦੇ ਵਿੱਚੋਂ ਗੰਦੀ ਬਦਬੂ ਆਉਂਦੀ ਸੀ, ਮੇਰੀ ਆਤਮਾ ਨਹੀਂ ਮੰਨੀ। ਮੈਂ ਆਪਣੇ ਸਤਿਗੁਰੂ ਪਾਕ ਬੇਐਬ ਹੈ ਕਿ ਗੈਬਲ ਪਾਕ ਪਵਿੱਤਰ ਕਲੰਕੰਗ ਬਿਨਾਂ ਨੇ ਕਲੰਕੀ ਸਰੂਪ ਦੇ ਉੱਤੇ ਉਹਦਾ ਮੈਂ ਸਿਰਾ ਚੜਾਵਾਂ, ਮੇਰੀ ਆਤਮਾ ਨਹੀਂ ਮੰਨੀ। ਪ੍ਰਧਾਨ ਦੇ ਪੈਸੇ ਵਾਲੇ ਦੇ ਪੈਸੇ ਵਾਲੇ ਵਾਕਬ ਹੁੰਦੇ, ਦਫ਼ਤਰ ਵਿੱਚ ਸੱਦ ਲਿਆ, ਆਖੋ ਵਾਹਿਗੁਰੂ। ਕਹਿੰਦਾ ਮੈਂ ਤਾਂ ਕਈ ਸਾਲਾਂ ਦਾ ਚੜ੍ਹਾਉਣਾ, ਤੁਸੀਂ ਪਹਿਲੇ ਗ੍ਰੰਥੀ ਆਏ ਹੋ ਜਿੰਨਾ ਮੇਰਾ ਸਿਹਰਾ ਨਹੀਂ ਚੜ੍ਹਾਇਆ। ਮੈਂ ਕਿਹਾ ਮੈਂ ਤੇਰੀ ਇੱਕ ਚੀਜ਼ ਚੜ੍ਹਾ ਦੂੰਗਾ, ਇੱਕ ਚੀਜ਼ ਚੜ੍ਹਾ ਦੂੰ, ਦੇ ਦੀ। ਕਹਿੰਦਾ ਦੱਸੋ, ਮੈਂ ਹਰ ਚੀਜ਼ ਦੇਣ ਨੂੰ ਤਿਆਰ ਹਾਂ। ਮਨ ਵੇਚੇ ਸਿਹਰੇ ਦੀ ਜਗ੍ਹਾ 'ਤੇ ਆਪਣਾ ਮਨ ਦੇ ਦੇ। ਉਹੀ ਮੇਰਾ ਸਾਹਿਬ ਕਹਿੰਦਾ ਮਾਈ ਮੈਂ ਮਨ ਕੋ ਸਭ ਕੁਝ ਤਿਆਗ ਬੈਠਾ, ਧੀਆਂ ਪੁੱਤ ਛੱਡ ਤੇ ਜੰਗਲਾਂ ਨੂੰ ਨਿਕਲ ਗਿਆ, ਪੈਸੇ ਛੱਡ ਕੇ ਆਪਣੇ ਆਪ ਨੂੰ ਤਿਆਗੀ ਸਮਝਾ ਲਿਆ, ਮਗਰ ਮੈਂ ਜਿਹੜੀ ਚੀਜ਼ ਛੱਡਣ ਵਾਲੀ ਸੀ, ਜਿਹੜੀ ਮੇਰੇ ਅਤੇ ਗੁਰੂ ਦੇ ਵਿਚਕਾਰ ਜਬ ਹਮ ਹੋਤੇ ਜਿਹੜੀ ਵਿਛੋੜਾ ਪਾਉਂਦੀ ਚੀਜ਼ ਸੀ, ਮੈਂ ਉਹ ਨਹੀਂ ਛੱਡੀ। ਪਕੜ ਰਹੇ ਹੋ ਪੁੱਤ ਸਾਰੇ ਹੀ ਚੌਂਕੜਾ? ਹਾਂ, ਤੇਰੇ ਵਰਗੀ ਰੂਹ ਵੀ ਜਿਹੜੀ ਵਿਛੋੜੇ ਦਾ ਕਾਰਨ ਬਣਦੀ ਸੀ, ਵੀ ਜਬ ਹਮ ਹੋਤੇ ਜਿੰਨਾ ਚਿਰ ਮੈਂ ਹਾਂ ਤੂੰ ਨਾ ਹੀ, ਜਿੱਦਣ ਉਹ ਕਦੀ ਆਇਆ ਅਬ ਤੂੰ ਹੀ, ਫਿਰ ਭਾਵੇਂ ਕੁਝ ਵੀ ਨਾ ਚੜ੍ਹਾਈ, ਫਿਰ ਭਾਵੇਂ ਨਾ ਰੁਪਈਏ ਵੀ ਨਾ ਟੇਕੀ ਮੱਥਾ, ਗੁੱਸੇ ਨਾ ਹੋਇਓ। ਹਾਂ, ਤੁਸੀਂ ਕਹੋ ਵੀ ਸਾਡੀ ਗੋਲਕਲੀ ਬੋਲਦਾ, ਹਾਜ਼ਰ ਹੋ, ਫਿਰ ਭਾਵੇਂ ਆਪਣੇ ਆਪ ਆ ਜਾਏਗਾ, ਸੱਚਮੁੱਚ ਇਹਨੂੰ ਪਤਾ ਲੱਗ ਗਿਆ ਇਹਨੇ ਮੈਨੂੰ ਆਪਣਾ ਹੀ ਦੇ ਦਿੱਤਾ, ਇਹਦਾ ਹੁਣ ਕੁਛ ਵੀ ਨਹੀਂ। ਆਖੋ ਵਾਹਿਗੁਰੂ। ਮਾਈ ਮੈਂ ਮਨ ਕੋ ਮਾਣ ਨਾ ਤਿਆਗਿਓ, ਅੱਗੇ ਬੜੇ ਪਿਆਰੇ ਬਚਨ ਆ, ਆਖੋ ਵਾਹਿਗੁਰੂ। ਮਾਇਆ ਕੇ ਮਦ, ਮਦ ਮਨੇ ਨਸ਼ਾ, ਐਸਾ ਮਾਇਆ ਦਾ ਚੜਿਆ ਵੀ ਆਖੋ ਨਾਲ, ਐਸਾ ਤੇ ਤੁਹਾਡੇ ਵਿੱਚੋਂ ਕਈ ਮੇਰੇ ਵਰਗੇ ਹੋਣਗੇ ਜਿਹੜੇ ਕਹਿੰਦੇ ਪੈਸੇ ਤਾਂ ਹੈ ਹੀ ਨਹੀਂ, ਨਸ਼ਾ ਕਾਹਦਾ ਚੜ੍ਹਨਾ। ਜਵਾਨੀ ਵੀ ਨਸ਼ਾ ਹੈ, ਜਵਾਨੀ ਵੀ, ਉੱਚੀ ਬੋਲਿਆ ਕਰੋ, ਬਹੁਤ ਆਨੰਦ ਆਊਗਾ ਸੱਚਮੁੱਚ। ਜਵਾਨੀ ਵੀ ਜਿਹੜਾ ਐਸਾ ਨਸ਼ਾ ਹੈ, ਹੂ ਕੇਅਰ, ਕਿੱਥੇ ਰੱਬ। ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਮਾਇਆ ਕੇ ਮਦ ਜਨਮ ਸਰਾਇਓ, ਸਰਾਇਓ ਦਾ ਮਤਲਬ ਬੀਤ ਗਿਆ, ਬਿਤਾ ਦਿੱਤਾ, ਐਸਾ ਨਸ਼ਾ ਚੜ੍ਹਿਆ ਜਵਾਨੀ ਦਾ, ਪੈਸੇ ਦਾ, ਵੀ ਸਾਰਾ ਜ਼ਿੰਦਗੀ ਬਤੀਤ ਕਰ ਲਈ। ਰਾਮ ਭਜਨ ਨਹੀਂ ਲਾਗਿਓ, ਬੋਲੋ ਹਾਂ ਰਾਮ, ਮਾਈ ਮੈਂ ਮਨ ਕੋ ਮਾਣ ਨਾ ਤਿਆਗਿਓ, ਮਾਈ ਮਾਇਆ ਕੇ ਮਦ ਜਨਮ ਸਰਾਇਓ, ਰਾਮ ਭਜਨ ਨਹੀਂ ਲਾਗਿਓ। ਵਾਹਿਗੁਰੂ 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 ਵਾਹਿਗੁਰੂ, ਲੱਗ ਜਾਓ। ਜੀਓ 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 ਸਾਰੀਆਂ ਭੈਣਾਂ ਬੱਚੇ ਵੀਰ, ਰਸਨਾ ਹਿਲਾਓ, ਪਵਿੱਤਰ ਹੋ ਜੂਗੀ।
ਵਾਹਿਗੁਰੂ 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 ਵਾਹਿ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਪਤਾ ਲੱਗ ਗਿਆ ਸਾਰਿਆਂ ਨੂੰ, ਮਾਇਆ ਕੈ ਮਦ ਜਨਮ ਸਰਾਏ ਬਣੇ, ਜਨਮ ਸਰਾਨੋ ਪੰਥ ਨਾ ਸਵਾਰਾ। ਧਿਆਨ ਦਿਓ, ਸਾਰਾ ਜਨਮ ਲੰਘ ਗਿਆ ਅਤੇ ਸੱਚੀ ਮੁੱਚੀ ਬਤੀਤ ਕਰਨ ਤੋਂ ਬਾਅਦ ਵੀ ਅਗਲਾ ਰਾਹ ਨਹੀਂ ਸਵਾਰਿਆ ਵੀ ਇਹਦੇ ਵਿੱਚੋਂ ਰੋੜੇ ਚੁਗ ਲਈਏ, ਜਿਨ੍ਹਾਂ ਰਾਹਾਂ 'ਤੇ ਮੈਂ ਤੁਰ ਕੇ ਜਾਣਾ ਹੈ ਉਸ ਰਾਹ ਨੂੰ ਆਪਾਂ ਸਾਫ ਕਰ ਲਈਏ। ਜਨਮ ਸਰਾਨੋ ਪੰਥ ਨਾ ਸਵਾਰਾ, ਰਾਹ ਨਹੀਂ ਸਵਾਰਿਆ, ਰੋੜੇ ਚੁਗੇ ਨਹੀਂ। ਸੱਚਮੁੱਚੀ ਜਦੋਂ ਤੁਸੀਂ ਕਦੀ ਇਹਦੇ ਲਈ ਟਾਈਮ ਕੱਢੋਗੇ ਨਾ ਤਾਂ ਰੋੜੇ ਦਿਸਣੇ ਨੇ ਰਾਹ 'ਚ। ਅਜੇ ਤੁਸੀਂ ਕਹਿੰਦੇ ਕਿਹੜੇ ਰੋੜੇ ਕਿਹੜਾ ਜਨਮ, ਟਾਈਮ 'ਤੇ ਕੱਢੋ ਇਹਦੇ ਲਈ। ਆਖੋ ਵਾਹਿਗੁਰੂ ਇਹਦੇ ਲਈ। ਜਿੱਦਣ ਇਕੱਲੇ ਹੋ ਗਏ ਨਾ ਤਾਂ ਇਕੱਲੇ ਹੋਣ ਲਈ ਜੰਗਲ 'ਚ ਜਾਣ ਦੀ ਜ਼ਰੂਰਤ ਨਹੀਂ, ਪਰਿਵਾਰ ਵਿੱਚ ਬਹਿ ਕੇ ਵੀ ਤੁਸੀਂ ਇਕੱਲੇ ਹੋ ਸਕਦੇ ਹੋ। ਜਿੱਦਣ ਇਕੱਲੇ ਹੋ ਗਏ ਫਿਰ ਵੇਖੋ ਕਿ ਜ਼ਿੰਦਗੀ 'ਚ ਅਜੇ ਕਿੰਨੇ ਰੋੜੇ ਨੇ। ਪੁੱਤ ਪਤਾ ਲੱਗ ਰਿਹਾ ਜ਼ਿੰਦਗੀ 'ਚ ਅਜੇ, ਅਤੇ ਇਹ ਜਿੱਦਣ ਮੈਂ ਤੁਰੂੰਗਾ ਮੇਰੇ ਪੈਰਾਂ 'ਚ ਵੱਜਣੇ। ਅਜੇ ਤਾਂ ਮੈਂ ਬੈਠਾ ਵੀ ਤੁਰਨਾ ਹੀ ਕਿਤੇ ਨਹੀਂ, ਜਿੱਦਣ ਤੁਰੇਗਾ ਨਾ ਸੱਚਮੁੱਚ ਹੀ। ਇਸ ਤਰ੍ਹਾਂ ਹੀ ਜਿੰਨੇ ਲੋਕ ਆਪਣੇ ਬੱਚਿਆਂ ਦੇ ਵਿੱਚ ਅੱਖਾਂ ਮੀਟ ਕੇ ਬੈਠੇ ਰਹਿੰਦੇ ਆ, ਹੁਣ ਜਿਉਂ ਜਿਉਂ ਜ਼ਿੰਦਗੀ ਗਾਂਹ ਨੂੰ ਤੁਰੀ ਉਹੋ ਹੀ ਪੁੱਤ ਪੁੱਤਰ ਅੱਗੇ ਬੋਲ ਪਏ, ਉਹ ਧੀਆਂ ਪੁੱਤਰ ਅੱਗੇ ਹੁਣ ਰੋੜੇ ਚੁਬਣੇ ਸ਼ੁਰੂ ਹੋਏ ਸੀ, ਸਵਾਰੇ ਜਾ ਸਕਦੇ ਸੀ, ਚੁਣੇ ਜਾ ਸਕਦੇ ਸੀ, ਇੱਕ ਇੱਕ ਰੋੜ ਨੂੰ ਚੁਣਿਆ ਜਾ ਸਕਦਾ ਸੀ, ਮਗਰ ਟਾਈਮ ਹੀ ਨਹੀਂ ਕੱਢਿਆ। ਮਾਇਆ ਕੇ ਮਦ ਜਨਮ ਸਰਾਇਓ, ਰਾਮ ਭਜਨ ਨਹੀਂ ਲਾਗਿਓ। ਅੱਗੇ ਵੇਖੋ ਕਿੱਡਾ ਸੋਹਣਾ ਬਚਨ ਹੈ ਵੀ ਜਾਗੀ ਕਿੱਦਣ, ਉੱਤੇ ਵੇਖੋ ਜਮਕੋ ਡੰਡ ਪਰਿਓ ਸਿਰ ਉੱਪਰ। ਡੰਡ ਦਾ ਮਤਲਬ ਡੰਡਾ, ਡੰਡਾ ਡੰਡਾ ਡੰਡਾ। ਜਿੱਦਣ ਜਮਾਂ ਦੇ ਡੰਡੇ ਵੱਜਣੇ ਸ਼ੁਰੂ ਹੋਏ ਤਬ ਸੋਵਤ ਤੈ ਜਾਗੇ ਹੋ, ਉਹਦਿਨ ਸੁੱਤੀ ਜੀਵ ਆਤਮਾ ਜਾਗੀ। ਮਗਰ ਇਹਦੇ ਪਿੱਛੇ ਸਵਾਲ ਪੈਦਾ ਹੁੰਦਾ ਵੀ ਜਮਾਂ ਦੇ ਡੰਡੇ 'ਤੇ ਮਰਨ 'ਤੇ ਲੱਗਦੇ ਨੇ, ਹਾਜ਼ਰੇ ਹੋ ਜੀ ਜਮਾਂ ਦੇ ਡੰਡੇ 'ਤੇ, ਉਹਦਿਨ ਜਾਗਿਆ ਨਾ ਜਾਗਿਆ ਉੱਥੇ ਕੀ ਫਰਕ ਪੈਂਦਾ ਹੈ? ਕਹਿੰਦੇ ਨਹੀਂ ਨਹੀਂ ਨਹੀਂ, ਜਮ ਤੇਰੇ ਧੀਆਂ ਪੁੱਤਰ ਵੀ ਬਣ ਸਕਦੇ ਆ, ਧਿਆਨ ਦਿਓ, ਜਮ ਤੇਰੇ ਭਰਾ ਵੀ ਬਣ ਸਕਦੇ, ਤੇਰੇ ਮਿੱਤਰ ਵੀ ਬਣ ਸਕਦੇ। ਪ੍ਰਭ ਸਵਾਮੀ ਕੰਤ ਵਿਹੂਣੀਆਂ, ਜਿਹਨਾਂ ਨੂੰ ਬਾਣੀ ਨਹੀਂ ਆਉਂਦੀ ਬੋਲੋ, ਮੀਤ ਸੱਜਣ ਸਭ ਜਾਮਣੇ ਜਮ, ਜਿਹੜੇ ਰੱਬ ਦਾ ਨਾਮ ਨਹੀਂ ਜਪਦੇ ਤੇ ਤੂੰ ਆਪਣੇ ਦੋਸਤ ਬਣਾਏ ਨੇ ਨਾ ਸੱਜਣਾ, ਇਹ ਸਾਰੇ ਜਮ ਨੇ। ਮੈਂ ਨਹੀਂ ਕਹਿੰਦਾ, ਬਾਣੀ ਪੜ੍ਹ ਕੇ ਵੇਖ ਲਓ। ਪ੍ਰਭ ਸਵਾਮੀ ਕੰਤ ਵਿਹੂਣੀਆਂ, ਪਰਮੇਸ਼ੁਰ ਸਵਾਮੀ ਤੋਂ ਵਿਹੂਣੇ ਜਿੰਨੇ ਤੇਰੇ ਮਿੱਤਰ ਨੇ ਦੋਸਤ ਨੇ, ਚੰਗੀ ਤਰ੍ਹਾਂ ਲਿਸਟ ਵੇਖ ਲਾ, ਤੈਨੂੰ ਬਹੁਤੇ ਉਹ ਲੱਭਣਗੇ ਜਿਹੜੇ ਰੱਬ ਦਾ ਨਾਮ ਨਹੀਂ ਜਪਦੇ ਮਗਰ ਤੂੰ ਦੋਸਤ ਬਣਾਏ ਨੇ, ਛੱਡ ਵੀ ਨਹੀਂ ਸਕਦਾ, ਮਜਬੂਰੀਆਂ ਤੇਰੀਆਂ ਇਹੋ ਜਿਹੀਆਂ। ਆਖੋ ਵਾਹਿਗੁਰੂ। ਆਖਿਆ ਜੀ ਫਿਰ ਦੋਸਤੀ ਕਿਹਦੇ ਨਾਲ ਕਰਾਂ, ਤੁਸੀਂ ਦੱਸੋ ਅੱਜ, ਅੱਜ ਤਾਂ ਤੁਸੀਂ ਦੱਸਿਆ ਵੀ ਇਹਨਾਂ ਨਾਲ ਦੋਸਤੀ। ਕਹਿੰਦੇ ਗੁਰਮੁਖ ਸਿਉਂ ਕਰ ਦੋਸਤੀ, ਬੋਲੋ ਭਲਾ, ਗੁਰਮੁਖ ਸਿਉਂ
ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ, ਸਤਿਗੁਰ ਸਿਉਂ ਲਾਏ। ਦੋ ਤਰ੍ਹਾਂ ਦੇ ਸੱਜਣ ਲਿਖੇ ਨੇ, ਇੱਕ ਸੱਜਣ ਤੁਹਾਡੇ ਘਰ ਆਏ, ਧਿਆਨ ਨਾਲ ਸੁਣਿਓ, ਇੱਕ ਸੱਜਣ ਤੁਹਾਡੇ ਘਰ ਆਏ, ਤੁਸੀਂ ਕਿਹਾ ਜੀ ਰਹਿ ਰਸ ਦੀ ਬਾਣੀ ਪੜ੍ਹ ਲਈਏ, ਤੁਸੀਂ ਕਿਹਾ ਰੋਟੀ ਪਾਣੀ ਖਾ ਲਓ। ਪਹਿਲੇ ਸੱਜਣ ਨੇ ਕਿਹਾ, ਕਹਿੰਦਾ ਰੋਟੀ ਖਾਣ ਯੋਗੇ ਤਾਂ ਹੋ ਜਾਈਏ। ਉਹਨੇ ਕੀ ਕਿਹਾ, ਮਤਲਬ ਨਹੀਂ ਉਹਨੇ ਨਹੀਂ ਅਜੇ ਕਿਹਾ। ਹਾਂ ਕਿਤੇ ਗੱਲ ਚੱਲਦੀ ਨਹੀਂ ਬਿਲੋਂ। ਅੱਛਾ ਉਹਨੇ ਕਿਹਾ ਰੋਟੀ ਖਾਣ ਯੋਗੇ ਤਾਂ ਹੋ ਜਾਈਏ, ਇਸ਼ਾਰਾ ਉਹਨੇ ਇਹ ਕੀਤਾ ਵੀ ਕੋਈ ਥੋੜ੍ਹੀ ਬਹੁਤੀ। ਇਹ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ, ਜਿੰਨੇ ਜ਼ਿੰਦਗੀ 'ਚ ਆਏ ਅਤੇ ਉਹਨਾਂ ਨੇ ਇਹ ਕਿਹਾ ਰੋਟੀ ਖਾਣ ਤੋਂ ਪਹਿਲਾਂ ਆਓ ਭਾਈ ਸਾਹਿਬ ਜੀ। ਜਿੱਦਣ ਉਹ ਕਿਸੇ ਦੇ ਘਰ ਗਿਆ, ਮੈਂ ਹੋਰ ਸਪੱਸ਼ਟ ਕਰਾਂ, ਥੋੜ੍ਹਾ ਜਿਹਾ ਕਨਫਿਊਜ਼ ਹੋ ਗਿਆ, ਆਖੋ ਵਾਹਿਗੁਰੂ। ਪਹਿਲੇ ਦਿਨ ਪ੍ਰਾਹੁਣੇ ਆਏ ਅਤੇ ਉਹ ਪ੍ਰਾਹੁਣੇ ਸੀ ਮੇਰੇ ਬਣਾਏ ਜੰਮ, ਅਤੇ ਜਦੋਂ ਉਹਨਾਂ ਨੂੰ ਆਖਿਆ ਰੋਟੀ ਖਾ ਲਈਏ ਅਤੇ ਕੀ ਕਹਿੰਦੇ, ਇਸ਼ਾਰਾ ਸਮਝ ਲਿਆ ਨਾ ਵੀ ਕੋਈ ਥੋੜ੍ਹਾ ਬਹੁਤਾ ਕੰਮ ਕਰ ਲਈਏ ਜਿਹਦੇ ਨਾਲ ਰੋਟੀ ਖਾਣ ਯੋਗੇ ਹੋ ਜਾਈਏ। ਅਤੇ ਦੂਸਰੇ ਪ੍ਰਾਹੁਣੇ ਨੂੰ ਮੈਂ ਕਿਹਾ ਵੀ ਰੋਟੀ ਖਾ ਲਈਏ, ਕਹਿੰਦਾ ਭਾਅ ਜੀ ਰਹਿਰਾਸ ਸਾਹਿਬ ਕੀਤੀ। ਇਹ ਉਹ ਨੇ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ, ਮਿੱਤਰ ਅਸਾਡੜੇ ਸਹੀ, ਮਗਰ ਹੌਣ ਟੁੰਡੇਂਦੀ ਜੱਗ ਸਵਾਇਆ ਜਨ ਨਾਨਕ ਵਿਰਲੇ ਕੇ। ਉਹ ਵਿਰਲੀਆਂ ਦੋਸਤ ਰੂਹਾਂ ਨੇ ਜਿਹੜੀਆਂ ਤੁਹਾਡੇ ਘਰ ਆਣ ਕੇ ਆਖਣ ਅੱਜ ਅੰਮ੍ਰਿਤ ਵੇਲੇ ਮੈਂ ਉੱਠਣਾ, ਤੁਸੀਂ ਵੀ ਉੱਠਿਓ। ਪਤਾ ਲੱਗਾ ਜੀ ਅੰਮ੍ਰਿਤ ਵੇਲੇ ਮੈਂ, ਤੁਸੀਂ ਵੀ ਸਾਰਾ ਟੱਬਰ। ਉਹ ਤਾਂ ਵਿਰਲੀਆਂ। ਇੱਥੇ ਕਹਿੰਦੇ ਗੁਰਮੁਖ ਸਿਉਂ ਕਰ ਦੋਸਤੀ, ਦੋਸਤੀ ਕਿਹਦੇ ਨਾਲ ਕਰੋ, ਗੁਰਮੁਖ ਰੂਹਾਂ ਨਾਲ, ਜਿਹੜਾ ਤੁਹਾਡਾ ਸਤਿਗੁਰ ਸਿਉਂ ਲਾਏ, ਜਿਹੜੇ ਸਤਿਗੁਰੂ ਨਾਲ ਤੁਹਾਨੂੰ ਜੋੜ ਦੇਣ। ਫਿਰ ਜੰਮਣ ਮਰਨ ਕਾ ਮੂਲ ਕੱਟੀ ਹੈ, ਬੋਲੋ ਤਾਂ ਸੁਖ ਹੋਵੀ ਮਿੱਤ, ਤਾਂ ਸੁਖ ਭੁੱਲਿਆ ਆਪ ਸਮਝਾਏ ਸੀ। ਤਰਲਾ ਪਾਓ, ਭੁੱਲਿਆ ਭੁੱਲਿਆ ਆਪ ਸਮਝਾਏ ਸੀ, ਭੁੱਲਿਆ ਜਿਸ ਕੋ ਨਦਰ ਕਰੇ, ਜਿਸ ਕੋ ਉਹਨੂੰ ਫਿਰ ਭੁੱਲੇ ਨੂੰ ਸਮਝਾ ਦਿੰਦਾ ਹੈ ਵੀ ਰੋਟੀ ਖਾਣ ਤੋਂ ਪਹਿਲਾਂ ਜਿਹਨੇ ਰੋਟੀ ਦਿੱਤੀ ਆ, ਜਿਸ ਕਾ ਦਿੱਤਾ ਖਾਵਣਾ ਸ਼ੁਕਰ ਕਹਿ ਲਾ। ਸ਼ਾਬਾਸ਼ ਦਾ ਮਤਲਬ ਇੱਥੇ ਸ਼ੁਕਰ ਆ, ਵੀ ਸ਼ੁਕਰ ਹੀ ਕਹਿ ਲਾ ਵੀ ਵਾਹਿਗੁਰੂ ਤੂੰ ਮੈਨੂੰ ਪ੍ਰਸ਼ਾਦਾ ਬਖਸ਼ਿਆ। ਆਖੋ ਵਾਹਿਗੁਰੂ। ਜਿੱਦਣ ਜਮਾਂ ਦਾ ਡੰਡ ਵੱਜਾ, ਡੰਮ ਕੋ ਡੰਡ ਪਰਿਓ ਸਿਰ ਉੱਪਰ, ਤਬ ਸੋਵਤ ਤੈਰ ਜਾਗਿਓ, ਤਾਂ ਸੁੱਤੀ ਜਾਗੇਗੀ। ਜਿੱਦਣ ਜਮਾਂ ਦੇ ਡੰਡੇ ਸਿਰ 'ਚ ਪੈਣਗੇ। ਇਹ ਜਮ ਕਿਸ ਤਰ੍ਹਾਂ ਆਖਿਆ ਸਤਿਗੁਰੂ ਦੀ ਕਿਰਪਾ ਨਾਲ, ਕਿਹੜੇ ਦੱਸੇ, ਕੋਈ ਥੋੜ੍ਹਾ ਜਿਹਾ ਦੱਸੋ। ਭੈਣ ਭਰਾ ਮਿੱਤਰ ਸੱਜਣ, ਕਈਆਂ ਲਈ ਧੀਆਂ ਜੰਮ ਬਣ ਗਈਆਂ, ਕਈਆਂ ਲਈ ਪੁੱਤ ਜੰਮ ਬਣ ਗਏ, ਕਈਆਂ ਲਈ ਭਰਾ ਜੰਮ ਬਣ ਗਏ, ਕਈਆਂ ਲਈ ਚਾਚੇ ਤਾਏ, ਕਰਨਾਲ ਵਾਲੇ ਢਿੱਲਾ ਹੈ, ਕਈਆਂ ਲਈ ਚਾਚੇ ਤਾਏ, ਪ੍ਰੋਪਰਟੀ ਤੋਂ ਕੁਹਾੜੀ ਮਾਰ ਕੇ ਸਿਰ ਵੜਤਾ, ਇਹ ਵੀ ਜੰਮ ਨੇ ਸਾਰੇ। ਸਾਡੇ ਲਈ ਲੀਡਰ ਉੱਚੀ ਬੋਲੋ, ਜੰਮ ਨਹੀਂ ਜੰਮ ਬਣ ਗਏ। ਸੱਚਮੁੱਚੀ ਨੋਚ ਕੇ ਖਾ ਗਏ ਪੰਥ ਨੂੰ, ਕੋਈ ਤਰਸ ਨਹੀਂ ਆਇਆ।
ਮੇਰੇ ਪਿਤਾ ਜੀ ਦੀਆਂ ਪੁੱਤਾਂ ਦੀਆਂ ਲਾਸ਼ਾਂ 'ਤੇ ਬਣਾਇਆ ਹੋਇਆ ਮਹਿਲ ਸਿੱਖੀ ਦਾ ਇਹਨਾਂ ਨੂੰ ਢਾਉਂਦਿਆਂ ਕੋਈ ਦਰਦ ਨਹੀਂ ਆਇਆ। ਅਤੇ ਕਹਿੰਦੇ ਵੀ ਆਪਣੇ ਆਪ ਨੂੰ ਪੰਥ ਏ ਬੀ ਸੀ, ਇੱਥੇ ਇਹਨਾਂ ਕਿਹੜਾ ਮੈਂ ਕਿਹਦੇ ਲਈ ਕਹਿ ਰਿਹਾ, ਹਰ ਸ਼ਾਖ 'ਤੇ ਉੱਲੂ ਬੈਠੇ ਹੈ। ਬੋਲੋਗੇ ਭਲਾ ਸ਼ਾਖ ਬਣੇ ਟਾਣੀ, ਹਰ ਹਰ ਪਾਸੇ ਰਾਜਨੀਤਿਕ ਲੈ ਲਓ, ਧਰਮ ਲੈ ਲਓ, ਪ੍ਰਚਾਰ ਦਾ ਰਾਹ ਵੇਖ ਲਓ, ਹਰ ਡਾਲੀ ਦੇ ਉੱਤੇ ਕੌਣ ਬੈਠੇ ਨੇ? ਅਤੇ ਉੱਲੂ ਨਹੀਂ ਚਾਹੁੰਦਾ ਵੀ ਦਿਨ ਚੜ੍ਹੇ। ਪਤਾ ਲੱਗਾ ਜੀ ਜਗਜੀਤ ਕੌਰ, ਉੱਲੂ ਵੀ ਦਿਨ ਅਤੇ ਮੇਰਾ ਕੋਈ ਮੂੰਹ ਵੇਖੇ। ਸੱਚਮੁੱਚ ਨਾ ਰਲ ਕੇ ਹੀ ਸਭ ਕੁਛ ਕਰਾਇਆ ਹੈ। ਆ ਜੋ ਕੁਝ ਮੇਰੇ ਪਿਤਾ ਜੀ ਦੀ ਬੇਦਬੀ ਹੋਈ ਹੈ ਨਾ, ਆਖੋ ਵਾਹਿਗੁਰੂ, ਇਹਨਾਂ ਨੂੰ ਪਤਾ ਹੈ ਵੀ ਬੇਦਬੀ ਕੌਣ ਕਰ ਰਿਹਾ ਹੈ। ਰਾਜ ਮੇਰਾ ਹੈ, ਪੁਲਿਸ ਮੇਰੀ ਆ, CID ਮੇਰੀ ਆ, ਮਗਰ ਅੱਜ ਵੀ ਕਹਿੰਦੇ ਸਾਨੂੰ ਨਹੀਂ ਪਤਾ ਕਿੰਨੇ ਕੀਤੀ। ਇਸ ਤਰ੍ਹਾਂ ਹੋ ਸਕਦਾ? ਬੋਲੋ ਗੁਰੂ ਕਿਸੇ, ਹਰ ਸ਼ਾਖ 'ਤੇ ਇੰਜਾਮੇ ਗੁਲਸਤਾਂ ਕਿਆ ਹੋਗਾ। ਇੰਜਾਮੇ ਗੁਲਸਤਾਂ ਮੈਨੇ ਬਾਗ, ਜਿਹੜੇ ਬਾਗ 'ਤੇ ਹਰ ਟਾਹਣੀ 'ਤੇ ਇਸ ਕੌਮ ਦਾ ਬਣਨਾ ਕੀ ਆ। ਤਾਂ ਮੈਂ ਆਪ ਜੀ ਨੂੰ ਬੇਨਤੀ ਕਰਦਾ, ਮੇਰੀ ਉਹ ਧੀਓ, ਮੇਰੇ ਉਹ ਵੀਰੋ, ਤੁਸੀਂ ਇਸ ਬਾਗ ਦੇ ਬੂਟੇ ਹੋ। ਆਖੋ ਵਾਹਿਗੁਰੂ, ਤੁਸੀਂ ਇਸ ਬਾਗ ਦੇ। ਇਹਨਾਂ ਨੇ ਉਜਾੜਨ ਦੀ ਕਸਰ ਨਹੀਂ ਛੱਡੀ। ਅੱਜ ਬੱਚੀ ਜਿਹਦੇ ਘਰ ਮੈਂ ਪ੍ਰਸ਼ਾਦਾ ਅੱਜ ਦਿਨੇ ਛਕਿਆ, ਮੈਨੂੰ ਕਿਹਾ ਪੁੱਤ ਘੰਟਾ ਸਿਮਰਨ ਇੱਕ ਰਸ ਬਹਿ ਕੇ ਕਰਿਆ ਕਰ, ਅਤੇ ਕਿ ਤੇਰਾ ਜ਼ਿੰਦਗੀ ਦਾ ਬੂਟਾ ਹਰਿਆ ਭਰਿਆ ਰਹੇ, ਅਤੇ ਕੋਈ ਦੂਰੋਂ ਵੇਖ ਕੇ ਆਖੇ ਨਾ ਬਾਗ ਹੀ ਸੁੱਕ ਗਿਆ। ਕੀ ਆਖਣ, ਕੁਝ ਕੁ ਬੂਟੇ ਸੁੱਕ ਗਏ ਨੇ। ਸਾਰੇ ਸੁਣੋ ਨਾ ਨੌਜਵਾਨ ਬੱਚਿਆਂ, ਕੁਛ ਕੁ ਬੂਟੇ ਅਤੇ ਕੁਛ ਆਸ ਹੈਗੀ। ਇੱਕ ਇੱਕ ਮੇਰੀ ਬੱਚੀ ਇਸ ਗੱਲ ਨੂੰ ਗਹੁ ਕਰ ਗਿਰੜ ਕਰਕੇ ਆਪਣੇ ਅੰਦਰ ਰੱਖੋ ਵੀ ਮੈਂ ਨਿਤਨੇਮ ਪੂਰਾ ਕਰਨਾ ਹੈ, ਮੈਂ ਕਿਰਦਾਰ 'ਚ ਉੱਚੀ ਸੁੱਚੀ ਰਹਿਣਾ ਹੈ, ਤਾਂ ਕਿ ਮੇਰੀ ਜ਼ਿੰਦਗੀ ਦਾ ਬੂਟਾ। ਅਤੇ ਮੇਰੇ ਪਿਓ ਨੂੰ ਕੋਈ ਇਹ ਨਾ ਆਖੇ ਗੋਬਿੰਦ ਸਿੰਘ ਜਿਹੜਾ ਤੂੰ ਬਾਗ ਲਾਇਆ ਸੀ ਉਹ ਸਾਰਾ ਸੁੱਕ ਗਿਆ। ਮੈਂ ਲੀਡਰਾਂ ਨੂੰ ਗੋਲੀ ਮਾਰਾਂ, ਮੈਂ ਕੀ ਲੈਣਾ ਇਹਨਾਂ ਕੋਲੋਂ? ਮੈਂ ਆਪਣੇ ਬੂਟੇ ਨੂੰ, ਆਪਣੇ ਬੱਚਿਆਂ ਨੂੰ ਕੁਛ ਟਾਈਮ ਕੱਢ ਕੇ ਦੇਵਾਂ ਕਿ ਮੇਰੇ ਪਰਿਵਾਰ ਦੇ ਸਾਰੇ ਬੂਟੇ ਹਰੇ ਭਰੇ ਰਹਿਣ। ਆਖੋ ਵਾਹਿਗੁਰੂ। ਪਤਾ ਲੱਗ ਰਿਹਾ ਜੀ? ਸਾਹਿਬ ਜੀ ਅੱਜ ਕਹਿੰਦੇ ਵੀ ਵੇਖੋ ਜੰਮ ਕੋਈ ਵੀ ਬਣ ਸਕਦਾ ਹੈ। ਮੈਂ ਕਿਹਾ ਲੀਡਰ ਵੀ, ਪ੍ਰਚਾਰਕ ਵੀ, ਹੌਲੀ ਉਹ ਬਣ ਸਕਦੇ ਨੇ ਜਿੱਦਣ ਤੁਹਾਡੀ ਚੇਤਨਤਾ ਕੰਮ ਕਰਨ ਨੂੰ ਛੱਡ ਗਈ, ਇਹੋ ਹੀ ਜੰਮ ਬਣ ਜਾਣਗੇ। ਜਿਹੜਾ ਬੰਦਾ ਮਰਿਆਦਾ ਤੋਂ ਉਲਟ ਬੋਲਦਾ ਹੈ, ਆਖੋ ਵਾਹਿਗੁਰੂ, ਜਿਹੜਾ ਸੰਤ ਮੇਰੇ ਸਾਹਿਬ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਰਿਆਦਾ ਤੋਂ ਉਲਟ ਬੋਲਦਾ ਹੈ, ਜੰਮ ਹੀ ਆ। ਨਹੀਂ ਸਮਝ ਰਹੇ ਜੀ? ਕੋਈ ਬਰਖਲਾਫ ਗਾਲਾਂ ਥੋੜ੍ਹੀਆਂ ਕੱਢ ਰਿਹਾ, ਈਰਖਾ ਰੱਖ ਕੇ ਨਹੀਂ ਬੋਲ ਰਿਹਾ। ਇੱਕ ਪੰਥ ਨੂੰ ਸਵਾਰਨ ਨੂੰ ਆਪਣੇ ਵਿਚਾਰ ਰੱਖਦੇ ਹਾਂ ਤੁਹਾਡੇ ਚਰਨਾਂ ਦੇ ਵਿੱਚ। ਈਰਖਾ ਮੈਨੂੰ ਕਿਸੇ ਨਾਲ ਨਹੀਂ, ਮੇਰੇ ਸਾਹਮਣੇ ਫੋਟੋ ਨਹੀਂ ਕਿਸੇ ਦੀ, ਮੈਂ ਕਿਹਨੂੰ ਕਹਿ ਰਿਹਾ? ਮਗਰ ਪ੍ਰਚਾਰਕ ਵੀ ਜੰਮ ਬਣ ਸਕਦਾ ਹੈ, ਸੰਤ ਬਾਣੇ 'ਚ ਵੀ ਲੋਕ ਜੰਮ ਬਣ ਸਕਦੇ ਨੇ, ਲੀਡਰਾਂ ਦੇ ਬਾਣੇ ਵਿੱਚ ਵੀ ਲੋਕ। ਸਾਡੇ 'ਤੇ ਚਾਰ ਚੁਫੇਰੇ ਜੇ ਪੁਲਿਸ ਆ ਤਾਂ ਉਹ ਜੰਮ, ਜੇ ਸਾਡੇ ਸਾਹਮਣੇ ਜੋ ਕੁਝ ਪਸਾਰਾ ਤਾਂ ਮੇਰਾ ਸਾਹਿਬ ਅੱਜ ਕਹਿੰਦਾ ਉਦੋਂ ਹੀ ਜਾਗੇਗਾ ਜਦੋਂ ਇਹਨਾਂ ਜੰਮਾਂ ਦੇ ਡੰਡੇ ਪੈਣੇ ਸ਼ੁਰੂ ਹੋ ਜਾਣਗੇ। ਤਬ ਸੋਬਤ ਤੈ ਜਾਗਿਓ, ਅਗਲੇ ਬਚਨ 'ਚ ਬੜਾ ਪਿਆਰਾ। ਫਿਰ ਅੱਜ ਦੀ ਘਾੜੀ ਆ ਜਿਹੜੀ ਪੰਥ ਦੀ, ਆਖੋ ਵਾਹਿਗੁਰੂ, ਹੁਣ ਪਛਤਾ ਰਹੇ ਹਾਂ ਕਿ ਨਹੀਂ? ਬੋਲੋ ਨਾ, ਅਸੀਂ ਤਾਂ ਹੁਣ ਵੀ ਨਹੀਂ ਪਛਤਾ ਰਹੇ, ਅਸੀਂ ਤਾਂ ਕਿੰਨੇ ਫਿਰ ਵੋਟ ਉਹਨੂੰ ਪਾਉਣੀ।
ਹਾਜ਼ਰ ਹੋ ਫਿਰ ਵੋਟ। ਅਤੇ ਜਦੋਂ ਕਦੀ ਮੇਰੇ ਵਰਗਾ ਕੁੱਤਾ ਭੌਂਕਦਾ ਹੈ ਵੀ ਲੋਕੋ ਇਹਨਾਂ ਲੋਕਾਂ ਨੂੰ ਵੋਟਾਂ ਨਾ ਪਾਓ, ਇਹਦੇ ਤੋਂ ਵੱਧ ਕੀ ਕਰਨਾ ਸੀ? ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਵੋਟਾਂ ਲਈ ਕਰਾ ਸਕਦੇ? ਅਸੀਂ ਕਹਿੰਦੇ ਨਹੀਂ ਜੀ, ਇਹਨਾਂ ਕੋਲੋਂ ਅਸੀਂ ਕੰਮ ਲੈਣਾ ਹੈ। ਪਤਾ ਲੱਗਾ ਕੁਝ ਜੀ, ਇਹਨਾਂ ਲੋਕਾਂ ਕੋਲੋਂ ਅਸੀਂ ਖੁਦ ਗਰਜ ਬੰਦੇ ਕੀ ਕਹਿੰਦੇ ਹਾਂ, ਮੇਰੇ ਪਿਓ ਦੀ ਪੱਗ ਰੋਲ ਦਿਓ, ਮੇਰੇ ਪਿਓ ਦੀ ਬੇਅਦਬੀ ਕਰ ਦਿਓ, ਮੇਰਾ ਕੰਮ ਚੱਲਣਾ ਚਾਹੀਦਾ। ਐਸਾ ਹੁੰਦਾ ਹੈ। ਮੇਰਾ ਸਾਹਿਬ ਕਹਿੰਦਾ ਜਿੱਦਣ ਕਿਤੇ ਸਾਰਾ ਪਾਣੀ ਲੰਘ ਗਿਆ ਅਤੇ ਕਹਾਂ ਹੋਤ ਅਬ ਕੇ ਪਛਤਾਏ। ਐ ਅੱਜ ਕੌਮ ਇੱਥੇ ਖਲੋਤੀ, ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ। ਅਸੀਂ ਕਹਿੰਦੇ ਸਾਂ ਅਸੀਂ ਅਕਾਲੀ ਦਲ ਨੂੰ ਵੋਟ ਪਾਈ, ਹਾਜ਼ਰ ਹੋ ਜੀ। ਪਤਾ ਲੱਗਾ ਜੜ ਤਾਂ ਉੱਥੇ ਹੀ ਆ, ਇਹ ਤਾਂ ਨਹੀਂ ਵੀ ਤੁਹਾਨੂੰ ਪਤਾ ਨਹੀਂ ਅਕਾਲੀ ਦਲ ਕੀ ਹੁੰਦਾ ਹੈ। ਅਸੀਂ ਅਕਾਲੀ ਕਿਸ ਤਰ੍ਹਾਂ ਹੋ ਗਿਆ, ਹੱਥ ਵਿੱਚ ਮੌਲੀ ਆ, ਹੱਥ ਵਿੱਚ ਅਤੇ ਉਂਗਲ ਵਿੱਚ ਪੱਥਰ ਦੀ ਮੁੰਦਰੀ ਹੈ। ਹਮਨ ਕਰਨ ਲੈ ਦੀ ਫੋਟੋ ਆ ਜਾਏ ਅਤੇ ਸਿੱਖ ਵੇਖ ਲਏ ਅਤੇ ਉਦੋਂ ਵੀ ਨਾ ਆਖੇ ਨਹੀਂ ਜੀ ਇਹ ਤਾਂ ਅਕਾਲੀ ਹੈ। ਲਾਨਤ ਹੈ ਅਸੀਂ ਜ਼ਿੰਦਗੀ ਨੂੰ, ਕਿੱਦਣ ਕਿਹੜਾ ਮੂੰਹ ਦਿਓਗੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਾ ਕੇ, ਪੁੱਤ ਤੂੰ ਵੇਖ ਲਈ ਸੀ ਨਾ ਫੋਟੋ ਵੀ ਜਿਹਨੂੰ ਤੂੰ ਅਕਾਲੀ ਕਹਿੰਦਾ ਸਿਰ 'ਤੇ ਮੁਕੜ ਜਿਹਾ ਪਾ ਕੇ ਅਤੇ ਹਮਨ ਕਰਨ ਡਿਆ, ਫਿਰ ਵੀ ਉਹਨੂੰ ਵੋਟ। ਮਾਂ ਪਾਤਸ਼ਾਹ ਜੀ ਕਹਿੰਦੇ ਹੁਣ ਕੀ ਹੋ, ਕਹਾਂ ਹੋ ਤਾਂ ਅਬ ਕੇ ਪਛਤਾਏ। ਉਸ ਵੇਲੇ ਜਬ ਚਿੜੀਆ ਚੁੱਗ ਗਈ, ਸਾਰਾ ਖੇਤ ਗੁਰੂ ਕੇ ਸਿੱਖੋ ਸਾਡਾ ਚੁੱਗਿਆ ਗਿਆ, ਫਿਰ ਰੋਗੇ ਵੀ ਅਤੇ ਫਿਰ ਮੌਕਾ ਫਾਇਦਾ ਕੀ? ਉਸ ਵੇਲੇ ਰੋਗੇ ਵੀ ਕੀ ਫਾਇਦਾ? ਮਹਾਰਾਜ ਪਾਤਸ਼ਾਹ ਕਹਿੰਦੇ ਕਹਾਂ ਹੋ ਤਾਂ ਅਬ ਕੇ ਪਛਤਾਏ, ਛੂਟਤ ਨਾਹਿਨ ਭਾਗਿਓ, ਤੂੰ ਭੱਜ ਕੇ ਫਿਰ, ਤੇਰੀਆਂ ਪੈਰਾਂ 'ਚ ਐਸੀਆਂ ਜੰਜੀਰਾਂ ਮੇਰੀ ਕੌਮ 'ਚ ਪੈ ਗਈਆਂ ਨੇ, ਜੇ ਥੋੜ੍ਹੇ ਜਿਹੇ ਜਾਗਦੇ ਹੋ ਤਾਂ, ਜਿੱਥੇ ਬੋਲ ਰਿਹਾ ਮੈਂ, ਜੇ ਤੁਸੀਂ ਥੋੜ੍ਹੇ ਜਿਹੇ ਅਤੇ ਸਾਡੀ ਆਉਣ ਵਾਲੀ ਨਸਲ ਦੀਆਂ ਪੈਰਾਂ 'ਚ ਜੰਜੀਰਾਂ ਇਹਨਾਂ ਨੇ ਪਾ ਦਿੱਤੀਆਂ ਨੇ, ਆਹ ਮੈਨੂੰ ਇਹਨਾਂ ਵੀਰਾਂ ਨੇ ਦੱਸਿਆ, ਆਖੋ ਵਾਹਿਗੁਰੂ, ਦੋ ਮਿੰਟ ਦਿਓਗੇ ਨਾ? ਮੈਨੂੰ ਇਹਨਾਂ ਵੀਰਾਂ ਦੱਸਿਆ ਵੀ ਜਦੋਂ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲੈਣਾ ਸੀ, ਧਿਆਨ ਦਿਓ, ਅਤੇ ਉਹਨਾਂ ਸਾਰਿਆਂ ਨੇ ਇੰਗਲੈਂਡ ਵਿੱਚ ਵੀ ਕੇ ਸਲਾਹ ਕੀਤੀ ਵੀ ਇਹਨਾਂ ਨੂੰ ਆਪਾਂ ਮਾਰੀਏ ਕਿਸ ਤਰ੍ਹਾਂ, ਇੰਨੇ ਸੂਰਮੇ ਨੇ, ਇੰਨੀ ਰੱਬ ਦੀ ਗੱਲ ਪਿਆਰ ਕਰਦੇ ਨੇ। ਉਹਨਾਂ ਸਭ ਤੋਂ ਪਹਿਲਾਂ ਵਿਸ਼ਾ ਸੁਣਿਆ ਵੀ ਚੁਣਿਆ ਵੀ ਇਹਨਾਂ ਦੀ ਵਿੱਦਿਆ ਖੋ, ਕੀ ਇਹਨਾਂ ਨੂੰ ਅਨਪੜ੍ਹ ਕਰੋ। ਅਤੇ ਉਹਨਾਂ ਨੇ ਪਿੰਡਾਂ ਵਿੱਚ ਇਹੋ ਜਿਹੇ ਦਫ਼ਤਰ ਖੋਲ੍ਹੇ ਵੀ ਜਿਹੜਾ ਊੜੇ ਐੜੇ ਦਾ ਕਾਇਦਾ ਲਿਆ ਕੇ ਸਾਨੂੰ ਜਮ੍ਹਾਂ ਕਰਾਊਗਾ ਉਹਨੂੰ ਇੰਨੇ ਰੁਪਈਏ ਮਿਲਣਗੇ। ਪਤਾ ਲੱਗ ਗਿਆ ਜੀ ਹੁਣ ਤਾਂ ਨਹੀਂ, ਅਜੇ ਜਿਹੜੇ ਤੋਂ ਅਸੀਂ ਊੜਾ ਐੜਾ ਸਿੱਖਦੇ ਸਾਂ ਉਹਦਾ ਮੁੱਲ ਪਾ ਦਿੱਤਾ ਉਹਨਾਂ ਨੇ, ਅਤੇ ਲੋਕਾਂ ਨੇ ਭੱਜ ਭੱਜ ਕੇ ਘਰਾਂ ਦੇ ਵਿੱਚੋਂ ਊੜੇ ਆਲੇ ਵਾਲੇ ਕਾਦੇ ਲਾਲਚੀਆਂ ਮੇਰੇ ਵਰਗਿਆਂ ਨੇ ਦੇ ਦਿੱਤੇ, ਅਤੇ ਨਸਲਾਂ ਅਨਪੜ੍ਹ ਹੋ ਗਈਆਂ, ਊੜਾ ਆੜਾ ਭੁੱਲ ਗਏ, ਊੜਾ ਆੜਾ ਭੁੱਲੇ ਅਤੇ ਜਪਜੀ ਸਾਹਿਬ ਭੁੱਲ ਗਿਆ, ਆਖੋ ਵਾਹਿਗੁਰੂ। ਪਤਾ ਲੱਗਾ, ਗੱਜ ਕੇ ਬੋਲੋ। ਅੱਜ ਵੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚੋਂ ਵਿੱਦਿਆ ਖੋਈ ਵੀ ਹੋ ਜਾਓ ਅਨਪੜ੍ਹ, ਪਸ਼ੂ ਜੇ ਜਿੱਦਣ ਮਰਜ਼ੀ ਧੱਕ ਲਾਂਗੇ। ਅੱਜ ਸਾਡਾ ਰਿਜ਼ਲਟ ਜਿਹੜਾ ਇੰਡੀਆ ਦਾ ਵਾ, ਪੰਜਾਬ ਦਾ ਖਾਸ ਕਰਕੇ, ਜਿੱਥੇ ਕੇਰਲਾ ਦਾ 100% ਆ ਉੱਥੇ ਪੰਜਾਬ ਦਾ 15-7% ਆ, ਇੰਨੇ ਬੱਚੇ ਫੇਲ ਹੁੰਦੇ। ਗੁਰੂ ਕਿਹਾ ਸਿੱਖਾ ਜਾਗ, ਤੂੰ ਇੱਥੇ ਬੈਠਾ ਬਹੁਤ ਕੁਝ ਕਰ ਸਕਦਾ ਹੈ, ਆਖੋ ਵਾਹਿਗੁਰੂ। ਇੱਥੇ ਬੈਠਾ ਆ 2022 ਫੇਰ ਆ ਗਈ, ਆਪ ਪਰਣ ਕਰ। ਮੈਂ ਨਾ ਅਕਾਲੀਆਂ ਨੂੰ, ਕਾਂਗਰਸੀਆਂ ਨੂੰ, ਦੂਸਰੇ ਜਿਨ੍ਹਾਂ ਨੇ ਮੇਰੇ ਪੰਥ ਨੂੰ ਰੋਲਿਆ, ਮੈਂ ਇਹਨਾਂ ਨੂੰ ਵੋਟ ਨਹੀਂ ਦੇਣੀ।
ਅਤੇ ਮੈਂ ਵੋਟ ਉਹਨੂੰ ਦੇਣੀ ਜਿਹੜਾ ਰਹਿਤ ਮਰਿਆਦਾ 'ਚ ਪੱਕਾ ਹੋਇਆ, ਜਿਹੜਾ ਗੁਰੂ ਦਾ ਦੇਣਦਾਰ ਆ, ਜਿਹੜਾ ਗੁਰੂ ਦਾ ਜਿਹਦੀ ਦੇਣਦਾਰੀ ਆ ਗੁਰੂ ਨੂੰ, ਜਿਹੜਾ ਜਵਾਬ ਦੇ ਆ ਗੁਰੂ ਨੂੰ। ਅਸੀਂ ਤਾਂ ਜਵਾਬ ਦੇ ਹੀ ਨਹੀਂ। ਮਹਾਰਾਜ ਪਾਤਸ਼ਾਹ ਕਹਿੰਦੇ ਹੁਣ ਕੀ ਹੋਊ, ਛੁੱਟ ਤਨਾਹੇ ਨੂੰ ਭਾਗੇ ਹੋ, ਜਿੱਥੇ ਮਰਜ਼ੀ ਭੱਜ ਲਾ, ਹੁਣ ਛੁੱਟ ਨਹੀਂ ਤੂੰ ਸਕਦਾ। ਆਖੋ ਵਾਹਿਗੁਰੂ। ਹੁਣ ਇਹ ਕਹਿੰਦੇ ਇਹ ਚਿੰਤਾ ਉਪਜੀ ਘਟ ਮੈਂ, ਇਹ ਚਿੰਤਾ ਉਦੋਂ ਅੰਦਰੋਂ ਪੈਦਾ ਹੋਈ ਜਦ ਗੁਰ ਚਰਨ ਅਨੁਰਾਗੇ ਹੋ, ਗੁਰੂ ਚਰਨਾਂ ਨਾਲ ਜਦੋਂ ਪ੍ਰੇਮ ਪੈਦਾ ਹੋਵੇ ਨਾ, ਫਿਰ ਤੁਹਾਨੂੰ ਪਤਾ ਲੱਗੂਗਾ ਮੈਂ ਕੀ ਕਰ ਗਿਆ, ਮੇਰੇ ਕੋਲੋਂ ਕਿਹੜੀਆਂ ਗਲਤੀਆਂ ਹੋ ਗਈਆਂ, ਆਉਣ ਵਾਲੀਆਂ ਮੇਰੀਆਂ ਨਸਲਾਂ 100 ਸਾਲ ਲਈ ਪਿੱਛੇ ਪੈ ਗਈਆਂ। ਆਖੋ ਵਾਹਿਗੁਰੂ। ਲੱਖਾਂ ਦੇ ਹਿਸਾਬ ਨਾਲ ਅਸੀਂ ਪੁੱਤ ਮਰਵਾਏ ਨੇ 84 ਤੋਂ ਲੈ ਕੇ, ਮਰਵਾਏ ਕਿ ਨਹੀਂ ਬੋਲੋ, ਮੁੱਲ ਕੀ ਪਿਆ। ਰਾਜ ਲੈਂਦੇ ਲੈਂਦੇ ਆਪਣੀ ਸੰਸਕ੍ਰਿਤੀ ਸਾਰੀ ਗਵਾ ਬੈਠੇ। ਮੇਰਾ ਸਾਹਿਬ ਅੱਜ ਕਹਿੰਦਾ ਇਹ ਪੈਦਾ ਉਦੋਂ ਅੰਦਰ ਚਾਹ ਹੋਊਗਾ, ਇਹ ਚਿੰਤਾ ਦਾ ਉਦਨ ਪਤਾ ਲੱਗੂ ਜਦੋਂ ਗੁਰੂ ਚਰਨਾਂ ਨਾਲ ਪਿਆਰ ਕਰੋਗੇ, ਤੁਹਾਡੀ ਆਤਮਾ ਜਾਗ ਉੱਠੂਗੀ, ਉਹਨੂੰ ਪਤਾ ਲੱਗ ਜੂਗਾ ਗਲਤ ਕੀ ਆ ਅਤੇ ਸਹੀ ਕੀ ਆ। ਆਖੋ ਵਾਹਿਗੁਰੂ। ਅਗਲੇ ਵਚਨ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਸਫਲ ਜਨਮ ਨਾਨਕ ਤਬ ਹੂਆ, ਬੋਲੋ ਹਾਂ। ਸਫਲ ਜਨਮ ਤਾਂ ਹੋਇਆ ਜਿਉਂ ਪ੍ਰਭ ਜਸ ਮੈਂ ਪਾਗਿਓ, ਜਿਉਂ ਪ੍ਰਭ ਜਸ ਮੈਂ, ਜਦੋਂ ਪਰਮੇਸ਼ਵਰ ਦਾ ਜਸ ਵਾਹਿਗੁਰੂ ਵਾਹਿਗੁਰੂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨੀ ਸੇਵਾ ਪ੍ਰਵਾਨ ਕਰਿਓ, ਕੱਲ੍ਹ ਤੋਂ 6 ਤੋਂ 7 ਦਾ ਟਾਈਮ ਆ, 6:15 ਤੋਂ 7 ਵਜੇ ਤੱਕ। 1 ਤਰੀਕ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਜਿਹੜੇ ਪ੍ਰਾਣੀ ਕੱਲ੍ਹ ਨਹੀਂ ਆ ਸਕਣਗੇ, ਮੈਂ ਉਹਨਾਂ ਕੋਲੋਂ ਮਾਫ਼ੀ ਮੰਗਦਾ ਵਾਂ ਵੀ ਇੰਨੇ ਦੀਵਾਨਾਂ 'ਚ ਕੋਈ ਬਚਨ ਮੇਰੇ ਕੋਲੋਂ ਇਹੋ ਜਿਹਾ ਬੋਲਿਆ ਗਿਆ ਹੋਵੇ ਜਿਹੜਾ ਤੁਹਾਡੀ ਰੂਹ ਨੂੰ ਚੰਗਾ ਨਾ ਲੱਗਾ ਹੋਵੇ, ਗੁਰਮਤਿ ਦੀ ਕਸਵੱਟੀ 'ਤੇ ਪੂਰਾ ਨਾ ਉਤਰਦਾ ਹੋਵੇ, ਉਹਦੇ ਲਈ ਮੈਂ ਦੋਨੋਂ ਹੱਥ ਜੋੜ ਕੇ ਮਾਫ਼ੀ ਮੰਗਦਾ। ਜਿਹੜੇ ਕੱਲ੍ਹ ਤੋਂ ਗੁਰਮੁਖ ਪਿਆਰੀਆਂ ਰੂਹਾਂ, ਫਿਰ ਆਓ 6:15 ਤੋਂ 7 ਵਜੇ ਤੱਕ, ਪਰਮੇਸ਼ੁਰ ਦਾ ਜਸ ਸੁਣੋ, ਸ਼ਬਦ ਦਾ ਅੰਮ੍ਰਿਤ ਪੀਓ, ਤਾਂ ਕਿ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ, ਨਾਨਕ ਤਾਂ ਕਿ ਪਰਮਗਤ ਹੋਏ। ਜਿਹੜਾ ਸ਼ਬਦ ਦਾ ਅੰਮ੍ਰਿਤ ਪੀਂਦਾ ਹੈ ਉਹਦੀ ਪਰਮਗਤੀ ਹੁੰਦੀ। ਸਤਿਗੁਰੂ ਤੁਹਾਨੂੰ ਸਾਰਿਆਂ ਨੂੰ ਬਲ ਬਖਸ਼ੇ, ਅਮਰ ਛਕੋ ਗੁਰੂ ਵਾਲੇ ਬਣੋ, ਕਰਹਿਤਾਂ ਤੋਂ ਆਪਣੇ ਆਪ ਨੂੰ ਪਰੇ ਕਰਕੇ 24 ਘੰਟੇ ਰੱਬ ਦੇ ਜਸ ਵਿੱਚ ਆਪਣੀ ਜ਼ਿੰਦਗੀ ਬਤੀਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।